ਤਬਾਹ ਹੋਏਗਾ। ਅੱਛਾ ਜੀ ਜੀ ਜਨਾਬ, ਸਾਨੂੰ ਖਰਾਬ ਕਰਨਾ ਚਾਹੁੰਦਾ, ਜਿਵੇਂ ਖੜਾ ਖੜਾ ਕੇ ਸਾਡੀ ਦੌਲਤ ਤੇ ਡਾਕੇ ਮਾਰਨਾ ਚਾਹੁੰਦਾ? ਅੱਗੇ ਤੂੰ ਬੜਾ ਟੀਪੂ ਸੁਲਤਾਨ ਦਾ ਪੁੱਤਰ ਹੈ। ਉਹ ਵਜ਼ੀਰਾਂ ਦਾ ਮੁੰਡਾ ਵਾ। ਕਿਹੜੇ ਵਜ਼ੀਰ? ਵਜ਼ੀਰਾਂ ਦਾਈ ਦਾ। ਅਜੇ ਹੋ ਜੀ, ਤੇਰੀ ਸ਼ਕਲ ਹੈ, ਤੂੰ ਵਜ਼ੀਰਾਂ ਦਾਈ ਨਹੀਂ ਹੋ ਸਕਣਾ। ਤੇਰੀ ਤੇ ਬੜੀ ਸੋਹਣੀ ਸ਼ਕਲ ਹੈ, ਅੱਲਾ ਪਾਕ ਦਾ ਸ਼ੁਕਰ ਹੈ। ਅੱਲਾ ਪਾਕ ਨੇ ਆਪਣੇ ਭੀਬ ਦੇ ਸਦਕੇ ਐਡਾ ਸੋਹਣਾ ਬਣਾਇਆ, ਲੱਖ ਬੰਦਾ ਬੈਠਾ ਹੋਵੇ ਮੈਂ ਵਿੱਚ ਵੱਖਰਾ ਨਜ਼ਰ ਆਉਣਾ। ਸਹੀ ਗੱਲ, ਗੱਲ ਤਾਂ ਸਹੀ। ਸੁਬਾ ਟਾਂਗੇ ਵਾਲੇ ਨੇ ਕਿਹਾ ਪਰਾ ਸੋਹਣਿਆ, ਤੇ ਟਾਂਗੇ ਵਾਲੇ ਦਾ ਹਾਲ ਵੀ ਤੇ ਵੇਖ ਕੰਨ ਦੀ ਚ ਵਜਾ ਹੀ। ਉਹ ਐਵੇਂ ਨਹੀਂ ਵਜਾ, ਉਹਨੇ ਘੋੜਾ ਪੁੱਟਾ ਜੋਇਆ ਸੀ, ਘੋੜਾ ਤੇ ਆ ਬੈਠਾ। ਹੈਲੋ ਵੀ ਜਵਾਨਾ, ਸ਼ੁਰੂ ਕਰ, ਤੇਰੀ ਵਾਰੀ। ਹਾਂ ਬਈ, ਮੰਗ ਕੀ ਮੰਗਣਾ? ਛੋਟੀ ਭੈਣ ਦਾ ਰਿਸ਼ਤਾ ਦੇ ਦੇ। ਯਾਰ ਤਾਸ਼ ਦੀ ਗੱਲ ਹੋ ਰਹੀ ਹੈ, ਤੂੰ ਕਿੱਥੇ ਭੈਣਾਂ ਨਾਲ ਤੁਰ ਪਿਆ? ਘੱਟ ਉਹ ਤਾਸ਼ ਘੱਟ ਹੋਏ, ਮੰਗ ਕੀ ਮੰਗਣਾ? ਇੱਕ 500 ਰੁਪਏ ਧਾਰਾ ਦੇ ਦੇ। ਚਵਲਾ ਆ ਗਿਆ ਆਪਣੀ ਔਕਾਤ ਤੇ, ਤੂੰ ਮੰਗ ਬਈ। ਇੱਕ 20 ਕਿਲੋ ਦਾ ਆਟੇ ਦਾ ਤੋੜਾ ਲੈ ਦੇ ਮੈਨੂੰ। ਉਹ ਪੁੱਤਰ, ਇੱਥੇ ਦੁਨੀਆ ਸ਼ਹੀਦ ਹੋਣ ਡਈ ਆਟੇ ਵਾਸਤੇ, ਮੈਂ ਤੈਨੂੰ ਕਿੱਥੋਂ ਲੈ ਦੇ ਆ? ਹਰ ਬੰਦੇ ਨੂੰ ਟੈਨਸ਼ਨ ਹੈ। ਸਹੀ ਗੱਲ। ਹਾਂਜੀ, ਕਿਸੇ ਨੂੰ ਆਟੇ ਦੀ, ਕਿਸੇ ਨੂੰ ਚੀਨੀ ਦੀ, ਕਿਸੇ ਨੂੰ ਪੈਟਰੋਲ ਦੀ। ਉਹ ਕੀ ਕਹਿੰਦਾ ਸ਼ਾਇਰ? ਤੈਨੂੰ ਕਹਿੰਦੇ ਨੇ ਸ਼ਾਇਰ? ਬਿੱਲੋ ਕੀ ਟੈਨਸ਼ਨ ਸੇ ਹਰ ਬੰਦਾ ਪਰੇਸ਼ਾਨ, ਆਟਾ ਮਹਿੰਗਾ ਕੇਵਲ ਸਸਤੀ, ਯੇ ਹੈ ਪਾਕਿਸਤਾਨ। ਬੇਹੂਦਾ ਡਾਂਸ ਕਰਨੇ ਵਾਲੀ ਲੜਕੀਆਂ ਕੇ ਭਾਈਓ ਨੇ ਜੂਆ ਖੇਲਣਾ ਸ਼ੁਰੂ ਕਰ ਦਿਆ। ਚਲੋ ਠੀਕ ਹੈ, ਤੂੰ ਮੰਗ ਬਈ। 200 ਰੁਪਏ ਦੀ ਗੋਲਾ ਸੁੱਟੋ। 200? ਹਾਜੀ ਯਕੂਬ ਕੇ ਸਾਲੇ ਨੇ 200 ਰੁਪਏ ਕਾ ਗੋਲਾ ਮੰਗ ਲਿਆ। ਗੋਲਾ ਨੀ, ਗੋਲਾ। ਚੱਲ ਬਈ, ਗੋਲਾ ਆ ਗਿਆ। ਦੋ ਕੁੱਤਿਆਂ ਨਾਲ ਬੇਈਮਾਨੀ ਕਰਕੇ ਖੇਡਦੇ ਹੋ, ਤੁਹਾਡੇ ਮੂੰਹ ਕਾਲੇ ਹੋਣੇ ਨੇ। ਸਹੀ ਗੱਲ ਹੈ, ਤੇਰੇ ਮੂੰਹ ਤੇ ਬੜਾ ਨੂਰ ਹੈ। ਅੱਲਾ ਦਾ ਸ਼ੁਕਰ ਹੈ। ਚੱਲ ਯਾਰ, ਫਟਾਫਟ ਕਰ। ਹਾਂ ਚੱਲ, ਮੰਗ ਵੀ ਹੁਣ ਤੂੰ ਮੰਗ। ਪੁੱਠੀ ਕਰਤੀ ਜੇ ਤਾਸ਼। ਆਹੋ, ਅੱਛਾ ਚੱਲ ਮੰਗ। ਮੰਗਾਂਗਾ ਤੇ ਦੇ ਦੇਗਾ? ਹਾਂ, ਉੱਠ ਫਿਰ ਚੱਲੀਏ। ਕੀ ਬਕਵਾਸ ਕਰ ਰਹੇ ਹੈ ਯਾਰ? ਮੈਂ ਮੰਗਣਾ ਰਿਸ਼ਤਾ, ਚੱਲ ਸੁੱਟ। ਅੱਛਾ ਅੱਛਾ, 500 ਰੁਪਏ ਦਾ ਰਿਸ਼ਤਾ ਸੁੱਟ। ਓਏ ਨਹੀਂ, ਪਤਾ ਮੰਗ ਯਾਰ। 500 ਰੁਪਏ ਦਾ ਯੱਕਾ ਸੁੱਟ, ਯੱਕਾ ਯੱਕਾ ਸੁੱਟ। ਉਹ ਆ ਗਏ ਯੱਕਾ, ਲਿਆ ਪੈਸੇ ਕੱਢ। ਉਹ ਕਿਹੜੇ ਪੈਸੇ? ਉਹ ਫੜ ਉਹ ਕਾਲੂ ਪੈਸੇ ਕੱਢ। ਕਾਲੂ ਕੋਈ ਪੈਸੇ ਕੱਢ? ਮੈਂ ਤੈਨੂੰ ਓਏ ਪੈਸੇ ਕੋਈ ਨਹੀਂ ਮੇਰੇ ਕੋਲ। ਓਏ ਪੈਸੇ ਇੱਥੇ, ਤੇਰਾ ਪਿਓ ਵੀ ਦੇਗਾ ਪੈਸੇ। ਉਹ ਪੈਸੇ ਕਿਹੜੇ ਪੈਸੇ? ਮੇਰੇ ਟੇਬਲ ਨੂੰ ਹੱਥ ਲੈ ਦੇ ਇੱਧਰ ਦਫਾ। ਉਹ ਮੇਰਾ ਟੇਬਲ ਇੱਕ, ਤੇਰਾ ਪਿਓ ਓਏ। ਚੱਲ ਪਰੇ, ਮੇਰੇ ਕੋਲ ਪੈਸੇ ਲੈ ਲੈ। ਮੈਂ ਮੇਰੇ ਕੋਲ ਪੈਸੇ ਇੱਥੇ ਨਹੀਂ ਮਿਲਣਾ। ਮੇਰੀ ਕਾਲੇ ਰਾਮ ਸੇਵਾ ਕੋਡ ਪੈਸੇ ਕੱਢ ਲੈਣਾ। ਸੋਹਣੇ ਪੈਸੇ ਕੱਢੋ ਕਾਲੂ। ਓਏ ਤੂੰ ਕੀ ਬਕਵਾਸ ਹੈ? ਕਾਹਦੀ ਲੜਾਈ ਹੋ ਰਹੀ ਹੈ? ਕਾਹਦੀ ਲੜਾਈ ਯਾਰ? ਉਹ ਬੇਰੋਜ਼ਗਾਰੀ ਦੀ ਲੜਾਈ ਹੈ, ਕੰਮ ਕੋਈ ਨਹੀਂ। ਹੁਣ ਜੂਆ ਖੇਡ ਰਹੇ, ਉਹਨਾਂ 'ਚ ਵੀ ਇੱਕ ਦੂਜੇ ਨੂੰ ਪੈਸੇ ਨਹੀਂ ਦੇਣੇ ਤੇ ਦਿਹਾੜੀ ਕਿੱਥੋਂ ਲੱਗਣੀ ਹੈ? ਉਹ ਯਾਰ, ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਕੱਲ ਵੀ ਤੂੰ ਨਿਆਸਾਂ ਦੇ ਅੱਗੇ 5000 ਹਾਰਿਆ, ਮੈਂ ਤੈਨੂੰ ਦੱਸਾਂ। ਕਿੰਨੀਆਂ ਤੁਸੀਂ ਗੱਲਾਂ ਕਰਨ ਦੇ, ਲੜਾਈਆਂ ਲੀਆਂ। ਮੈਂ ਗੱਲ ਵੀ ਕੋਈ ਨਾ ਕਰਾਂ, ਜਿੰਨੇ ਵੀ ਬੈਠੇ ਨੇ ਤਾਲੀਆਂ ਮਾਰੋ, ਮੰਨੋ। ਇਸ ਤਰ੍ਹਾਂ ਜਿਹੜਾ ਜਿਹੜਾ ਬੰਦਾ ਆਪਣੀ ਮਾਂ ਨਾਲ ਪਿਆਰ ਕਰਦਾ, ਜ਼ਰਾ ਤਾਲੀਆਂ ਮਾਰੋ। ਆਪਣੀ ਮਾਂ ਨਾਲ ਤੇ ਹਰ ਕੋਈ ਪਿਆਰ ਕਰਦਾ ਭਰਾਵੋ, ਇਮਾਨਦਾਰੀ ਨਾਲ ਜਿਹੜਾ ਜਿਹੜਾ ਇਹਦੀ ਅੰਮੀ ਨਾਲ ਪਿਆਰ ਕਰਦਾ, ਜ਼ਰਾ ਉਹ ਤਾੜੀਆਂ ਮਾਰੋ। ਔਰ ਚੜਾ ਚੜਾ ਇਹਦੇ ਭਣਵਈਏ ਨਾਲ ਪਿਆਰ ਕਰਦਾ, ਮਾਰੋ ਜ਼ਰਾ ਤਾੜੀਆਂ। ਉਹ ਵੇ ਪਿੱਛੇ ਬੈਠਾ ਮੇਰਾ। ਓਏ ਮੇਰੀ ਗੱਲ ਸੁਣੋ, ਸਾਡੀ ਬੇਰੋਜ਼ਗਾਰੀ ਖਤਮ ਹੋ ਸਕਦੀ ਹੈ। ਉਹ ਕਿਸ ਤਰ੍ਹਾਂ? ਬੇਵਕੂਫਾ, ਤੁਹਾਨੂੰ ਪਤਾ ਹੀ ਨਹੀਂ ਸਾਡੇ ਘਰਾਂ 'ਚ ਸੋਨਾ ਕਿੱਥੇ? ਕਿੱਥੇ ਸੋਨਾ ਆ ਗਿਆ? ਉਹ ਸਾਰੇ ਉੱਥੇ ਤੇ ਬਿੱਲੀ ਨੇ ਬੱਚੇ ਦਿੱਤੇ ਨੇ। ਇਧਰ ਬੱਕਰੀ ਨਾ ਹੁੰਦੇ ਹੀ ਬੇਵਕੂਫੋ, ਅਸੀਂ ਆਪਣੇ ਘਰਾਂ ਨੂੰ ਕਿਰਾਏ ਤੇ ਦੇਣੇ ਆ, ਉਹ ਕਿਰਾਏ ਤੇ ਦੇਣੇ ਆ, ਸਾਡੇ ਕੋਲ ਪੈਸੇ ਹੀ ਪੈਸੇ ਹੋਣਗੇ। ਤੇਰਾ ਕੀ ਮਤਲਬ? ਗੈਸਟ ਹਾਊਸ ਬਣਾਵੇ? ਗੈਸਟ ਹਾਊਸ ਬਣਾਈਏ। ਲੇਕਿਨ ਯਾਰ ਇਹਦੇ ਵਾਸਤੇ ਇੰਤਜ਼ਾਮ ਕਿੱਥੋਂ ਹੋਇਆ? ਇਹ ਵੀ ਇੱਕ ਸਲਾਹ ਦਾ, ਅਸੀਂ ਆਪ ਕਿਤੇ ਜਦੋਂ ਜ਼ਰੂਰਤ ਪਈ ਇਹੀ ਲੈ ਕੇ ਆਏ। ਅੱਛਾ ਜੀ, ਲੈ ਕੇ ਆਇਆ। ਓਏ ਇਹਦੀ ਅੰਮੀ ਨੂੰ 4 ਬੰਦੇ ਚਾਹੀਦੇ ਹਨ, 6 ਲੈ ਕੇ ਆਇਆ। ਓਏ ਮਾਮਾ ਦਾ ਬਕਵਾਸ ਹੈ ਤੈਨੂੰ। ਓ ਮਾਮਾ ਦੀਆਂ ਗੱਲਾਂ ਨਾ ਕਰੋ। ਉਹ ਕਹਿੰਦਾ ਫਨ ਨਾਲ ਫਨਕਾਰ ਜ਼ਿੰਦਾ ਤੇ ਦੌਲਤ ਨਾਲ ਇਨਸਾਨ ਜ਼ਿੰਦਾ। ਹਾਂ ਜੀ ਬਾਪ, ਫਨ ਨਾਲ ਫਨਕਾਰ ਜ਼ਿੰਦਾ ਤੇ ਦੌਲਤ ਨਾਲ ਇਨਸਾਨ ਜ਼ਿੰਦਾ। ਦੁਨੀਆ ਤੇ ਖੁਸ਼ ਨਸੀਬ ਹੋ ਇਨਸਾਨ ਜਿਹਦੀ ਇਹ ਮਾਂ ਜ਼ਿੰਦਾ। ਸਹੀ ਕਿਹਾ ਸਿਆਣਿਆਂ ਨੇ, ਹਰ ਖੂਹ ਦਾ ਪਾਣੀ ਪੀਏ ਪੁਣ ਕੇ। ਹਰ ਖੂਹ ਦਾ ਪਾਣੀ ਪੀਏ ਪੁਣ ਕੇ, ਸ਼ਾਇਦ ਕਿਸੇ ਵੀ ਤੇ ਆਵੇ ਹਯਾਤ ਹੋਵੇ। ਮਾਂ ਪਿਓ ਦੀ ਕਰੀਏ ਸੇਵਾ, ਭਾਵੇਂ ਦਿਨ ਤੇ ਭਾਵੇਂ ਰਾਤ ਹੋਵੇ।
ਤੇ ਕਿਸੇ ਵੀ ਗਰੀਬ ਮਸਕੀਨ ਦਾ ਦਿਲ ਨਾ ਤੋੜੋ, ਸ਼ਾਇਦ ਉਹਦੇ ਵਿੱਚ ਹੀ ਰੱਬ ਦੀ ਜ਼ਾਤ ਹੋਵੇ। ਠੰਡਾ ਪਾਣੀ ਚ ਨਹਾ ਦਾ, ਠੰਡਾ ਪਾਣੀ ਚ ਨਹਾ ਦਾ, ਮੈਂ ਅਗਰ ਨਹਾਣਾ ਨਹੀਂ ਨਹੀਂ ਠੰਡਾ ਪਾਣੀ ਚ ਨਹਾ ਦਾ। ਉਹ ਕੀ ਹਾਲ ਹੈ ਤੇਰੀ ਮਾਂ ਦਾ? ਮੈਂ ਜੁੱਤੀਆਂ ਦਾ ਕਾਰੀਗਰ ਖਾਣਾ ਬਣਾਵਾਂਗਾ ਸਾਥੀ ਤੇ ਤੁਹਾਨੂੰ ਮਜ਼ੇ ਆਏਗਾ ਦੋਸਤਾ ਤੂੰ ਖਾਣਾ ਬਣਾਏਗਾ ਤੇਰੇ ਹੱਥੋਂ ਖਾਏਗਾ ਕੌਣ? ਸਰ ਹੋਟਲ ਬਣਾ ਲਿਆ ਸਰ। ਕਿੰਨੇ ਕਮਰੇ? ਦੋ ਕਮਰੇ। ਹਾਂਜੀ ਪੂਰਾ ਗਰੁੱਪ ਆ ਰਿਹਾ? ਅੱਛਾ 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 ਨਿਆਸ ਦਾ ਗਰੁੱਪ ਆ ਰਿਹਾ। ਰਾਣਾ ਰਾਣਾ ਜੀ ਸਾਹਿਬ ਜੀ, ਠੀਕ ਹੈ ਜੀ, ਮੈਨੂੰ ਤਿਆਰੀ ਸ਼ਾਇਦ ਲੱਭੀ, ਵੇਟਰ ਲੱਗ ਰਿਹਾ। ਔਰ ਮੈਂ ਕਹਿੰਦਾ ਤੂੰ ਬਿਲਕੁਲ ਵੇਟਰ ਲੱਗ ਰਹੀ ਯਾਰ, ਮੈਂ ਮੈਨੇਜਰ ਲੱਗ ਰਿਹਾ ਕਿ ਨਹੀਂ? ਤੁਸੀਂ ਬਿਲਕੁਲ ਮੈਨੇਜਰ ਜੋ ਵੀ ਲੱਗ ਰਹੇ ਹੋ, ਇੱਧਰ ਵੇਖੋ। ਹਾਂ ਮੈਂ ਕਿਹਦਾ ਲੱਗ ਰਿਹਾ? ਤੂੰ ਬਿਲਕੁਲ ਲੱਗ ਰਿਹਾ ਬਗੈਰ ਤਾਂ ਮੇਰੀ ਵਜ੍ਹਾ ਤੋਂ ਸਾਰੇ ਹੋਣੇ ਗਾਹਕ ਇੱਥੇ। ਬਿਲਕੁਲ ਠੀਕ ਹੈ, ਪਹਿਲੇ ਦਿਨ ਹੀ ਤੂੰ ਸੂਟ ਪਕਾ ਲੈ। ਜੇ ਉਹਨਾਂ ਦੇ ਸਾਹਮਣੇ ਆਪਣੀ ਇੱਜ਼ਤ ਕਰਾਉਣੀ ਤਾਂ ਮੈਨੂੰ ਗੱਲਬਾਤ ਨਾ ਕਰੀ। ਠੀਕ ਹੈ ਬਈ, ਸਾਡੀ ਡਿਊਟੀ ਕੀ ਹੈ? ਤੁਹਾਡੀ ਡਿਊਟੀ, ਤੁਸੀਂ ਇੱਥੇ ਵੇਟਰ ਹੋ ਯਾਰ। ਓਕੇ ਓਕੇ, ਕਮਰੇ ਬਹਾਨੇ ਨੇ। ਬਿਲਕੁਲ ਕਮਰੇ ਬਹਾਨੇ ਨੇ। ਠੀਕ ਹੈ, ਇਹ ਦੋ ਕਮਰੇ ਮੈਂ ਵਾਵਾਂਗਾ, ਉਹ ਪਰਲੇ ਦੋ ਉਹ ਵਹਾਏਗਾ। ਚਲੋ ਠੀਕ ਹੈ, ਠੀਕ ਹੈ ਜੀ। ਮੁਬਾਰਕ ਹੋਵੇ, ਮੁਬਾਰਕ ਹੋਵੇ। ਕੀ ਹੈ? ਨਵੀਂ ਪਾਰਟੀ ਆ ਗਈ। ਆ ਗਈ ਫਿਲਮ ਸਟਾਰ ਜੁਵੇਦ ਅਸਦ। ਹੋਏ ਹੋਏ ਹੋਏ, ਲਿਆ ਯਾਰ ਲਿਆ, ਫਟਾਫਟ ਲਿਆ। ਸਾਰੇ ਅਸੀਂ ਮਰੀ ਖਲੋਤੇ ਆ, ਲਿਆ ਫਟਾਫਟ। ਮਾਨ 10 ਰੁਪਏ ਵੇਖਿਆ ਸਾਹਿਬ। ਪਿਛਲਿਆਂ ਤੇਰਾ ਪਿਓ ਮਾਰਿਆ। ਬਕਵਾਸ ਕਰਦਾ ਪਿਆ, ਤੁਸੀਂ ਡਰਾਮੇ ਚ ਕੰਮ ਕਰਦੇ ਹੋ? ਕੋਈ ਕੰਮ ਹੋਵੇ ਨਾ ਛੋਟਾ ਮੋਟਾ ਮੈਨੂੰ ਦੇਣਾ ਜੀ। ਛੋਟੇ ਨਾਲ ਤੇਰਾ ਕੁਛ ਨੀ ਬਣਨਾ, ਤੈਨੂੰ ਮੋਟਾ ਦੇ ਆਂਗੇ। ਮੋਟਾ ਕਿਰਦਾਰ ਤਾਕਤ ਤੇਰੀ ਜਾਣਦੇ ਉਹੋ ਜਿਹਾ ਪੁੱਤਰ ਮਾਵਾਂ ਕਦੀ ਕਦੀ ਜੰਮਦੀਆਂ ਤੇ ਇਹੋ ਜਿਹੀਆਂ ਚਵਲਾ ਹਰ ਰੋਜ਼ ਵੱਜਦੀਆਂ। ਤੁਸੀਂ ਫਿਲਮਾਂ ਹੀ ਕੰਮ ਕਰਦੇ ਹੋ? ਨਹੀਂ, ਮੈਂ ਤੁਹਾਡੇ ਘਰ ਕੰਮ ਕਰਨਾ ਤੁਹਾਡੀ ਭੈਣ ਨਾਲ। ਕੱਪੜੇ ਲਾ ਕੇ ਵੀ ਫਿਰਦੀ ਹੋਵੇ ਨਾ ਬਾਜ਼ਾਰ, ਕੋਈ ਬੰਦਾ ਨੀ ਛੇੜਦਾ, ਬਲਕਿ ਉਹ ਕਹਿੰਦਾ ਭੈਣਾ ਪਰਦਾ ਕਰ ਤੇਰੀ ਮਿਹਰਬਾਨੀ। ਇਹਨੂੰ ਤਾਂ ਡਰਦੇ ਮਾਰੇ ਕੋਈ ਭੈਣ ਦੀ ਗੱਲ ਨੀ ਕਰਦਾ। ਤੇਰੀਆਂ ਬੜੀਆਂ ਸੋਹਣੀਆਂ ਤੇ ਮੈਂ ਘਰ ਗਿਆ, ਇਹਦੀ ਭੈਣ ਇੱਕ ਕਾਣੀ, ਇੱਕ ਲੁੱਲੀ, ਇੱਕ ਲੰਗੜੀ, ਇੱਕ ਮੈਨੂੰ ਸਹੀ ਲੱਗੀ, ਮੈਂ ਕਿਹਾ ਚੱਲੀਏ ਤੇ ਕਹਿੰਦੀ ਚੱਲੋ। ਬ੍ਰੋਕਰ ਸਾਹਿਬ ਜੀ ਨੂੰ ਕਿਸੇ ਨੇ ਬ੍ਰੋਕਰ ਕਿਹਾ? ਅੱਛੇ ਲਫ਼ਜ਼ੋਂ ਸੇ ਯਾਦ ਕਰੋ,
की पूछो ये कौन है? कौन है? ये बच्चियां रेंट पे देते हैं। आओ सर, प्रॉपर्टी डीलर साहब बैठो बैठो। मतलब एक लग रहा है मेनू साडा होटल चलेगा। यस, क्योंकि कस्टमर की इज्जत इस तरह करी दी जिवें भैन दे खामत दी करी दी। ते कस्टमर दुकानदार दी दुकान चलदी है, ਤੁਸੀਂ ਮੇਰੀ ਬੇਇੱਜ਼ਤੀ ਕਰਨ ਦੇ? ਨਹੀਂ ਜਨਾਬ, ਅਸੀਂ ਤਾਂ ਤੁਹਾਡਾ ਪੁੱਤਰ ਹਾਂ, ਤੁਹਾਡਾ ਗਾਹਕ ਹਾਂ। ਮੈਂ ਇੱਥੇ ਕਾਸਟ ਲੈ ਕੇ ਆ ਰਿਹਾ ਮਸ਼ਹੂਰ ਆਰਟਿਸਟ ਆ ਰਹੀ ਮੇਰੇ ਨਾਲ ਗਜ਼ਲ ਚੌਧਰੀ ਨੇ ਆ ਕੇ ਮਿੱਠਾ ਕਾਸਾ ਬਣਾਇਆ। ਮੈਂ ਕਹਿੰਦਾ ਸਾਰੀਆਂ ਛਿੱਟਾਂ ਮੇਰੇ ਤੇ ਪਈਆਂ ਨੇ। ਤੂੰ ਹਮੇਸ਼ਾ ਗੰਦੀ ਗੱਲ ਹੀ ਕਰੇਗਾ। ਓਏ, ਔਰਤ ਦੇ ਬਾਰੇ ਚ ਜਿਤਨੀ ਹਸੀਨ ਔਰਤ ਹੁੰਦੀ ਹੈ ਇਹਦੀ ਤਾਰੀਫ ਕਰੋ ਬਗੈਰ ਤੋਂ। ਸਹੀ ਗੱਲ ਹੈ, ਇਹ ਆਵਾਮ, ਇਹ ਆਵਾਮ ਦਾ ਮਾਲ, ਇਹ ਆਵਾਮ ਦੇ ਕੰਮ ਆਏਗਾ। ਤੁਸੀਂ ਸਹੀ ਬਿਹਤਰ ਸਮਝ ਸਕਦੇ ਹੋ ਕਿਉਂਕਿ ਤੁਸੀਂ ਆਪ ਜੰਮੀਆਂ ਵਾਲੇ। ਬਹੁਤ ਕਰਦਾ ਜੈਨਰ ਸਾਹਿਬ, ਛੇਤੀ ਛੇਤੀ ਕਰ ਲਓ, ਮੇਰੇ ਕੋਲ ਟਾਈਮ ਨਹੀਂ ਹੈਗਾ। ਅਸੀਂ ਤੁਹਾਡੇ ਕੋਲੋਂ ਟਾਈਮ ਲੈ ਲਾਂਗੇ, ਕੋਈ ਗੱਲ ਨਹੀਂ। ਮੈਡਮ ਹੀ ਨਸ਼ਾ ਹੀ ਨਾ। ਓਏ, ਤੇਰੇ ਪੁੱਤਰ ਗਜ਼ਲ ਚੌਧਰੀ, ਉਹ ਮੈਂ ਇਹਨਾਂ ਦੇ ਡਰਾਮੇ ਦੇਖੇ ਨੇ, ਮੈਡਮ ਹੀ ਨਸ਼ਾ ਹੀ ਨੇ। ਓ ਯਾਰ, ਮੈਂ ਤੈਨੂੰ ਕਹਿਣਾ ਮੈਂ ਚਪੇੜ ਨਾ ਮੇਰਾ ਦਿਮਾਗ ਤਾਂ ਸਹੀ ਹੈਗਾ। ਗਜ਼ਲ ਚੌਧਰੀ, ਉਹ ਮੈਡਮ ਹੀ ਨਸ਼ਾ ਹੀ ਨੇ, ਤੁਹਾਡੀਆਂ ਅੱਖਾਂ 'ਚ ਕੁਕਰੇ ਪੈ ਗਏ ਨੇ। ਉਹ ਮੈਂ ਇਹਨੇ ਬੜੇ ਪੈਸੇ ਦੇ ਕੇ ਬੁੱਕ ਕਰਕੇ ਲਿਆਇਆ, ਪੋਸਟਰ ਛਪਾਏ ਨੇ, ਤੂੰ ਉਹਨੂੰ ਕਹੀ ਜਾਂਦਾ ਹੀ ਨਸ਼ਾ ਹੀ ਨਸ਼ਾ ਹੀ ਨੇ। ਮੈਂ ਤੈਨੂੰ ਕਹਾਂ, ਮੈਂ ਤੈਨੂੰ ਕਹਿੰਦਾ ਗਜ਼ਲ ਚੌਧਰੀ ਨਸ਼ਾ ਹੀ ਨੇ, ਨਸ਼ਾ ਹੀ ਨੇ, ਨਸ਼ਾ ਹੀ ਨੇ। ਡਾਕਟਰ ਸਾਹਿਬ ਕੀ ਕਹਿ ਰਹੇ ਹੋ? ਕੀ ਹੋ ਗਿਆ, ਕੀ ਹੋ ਗਿਆ? ਤੁਸੀਂ ਸਮਝਦੇ ਹੋ? ਦੇਖੋ, ਮੈਂ ਤੁਹਾਡਾ 4 ਲੱਖ ਰੁਪਏ ਵਾਪਸ ਨਹੀਂ ਕਰਨਾ ਹੈ। ਨਸ਼ਾ ਹੀ ਬਣਾਤਾ ਮੇਰੇ ਤੋਂ। ਮੈਂ ਤੁਹਾਨੂੰ ਹੋਰ ਦੇਣ ਨੂੰ ਲਗਾ ਪਿੱਛੇ, ਤੁਹਾਨੂੰ ਦੇਣ ਨੂੰ ਫਿਰਦੇ ਨੇ। ਯਾਰ, ਤੂੰ ਹੌਲੀ ਕਿਉਂ ਨਹੀਂ ਬੋਲਦਾ? ਕੱਲ ਵੀ ਤੂੰ ਪੈਂਟ ਖਰਾਬ ਕਰ ਲਈ ਸੀ ਆਪਣੀ, ਚੀਕਾ ਮਾਰੀ। ਤੈਨੂੰ ਅੰਦਰੋਂ ਖਿੱਚ ਲੈ। ਜੀ ਜੀ, ਤੁਸੀਂ ਕਰਦੇ, ਮੈਨੂੰ ਲੱਗਦਾ ਤੁਸੀਂ ਵੀ ਮੇਰੇ ਪਿਓ ਦੇ ਹੋ। ਦੇਖੋ, ਮੈਨੂੰ ਮੈਂਟਲ ਜਿਹਾ ਲੱਗਦਾ ਹੈ। ਮੈਂਟਲ ਨਹੀਂ ਜੀ, ਤੁਸੀਂ ਹੀ ਨਸ਼ਾ ਹੀ ਨਹੀਂ ਹੋ ਭਾਵੇਂ। ਓ ਯਾਰ, ਅਮੀਤ ਨਾਲ ਗੱਲ ਕਰ, ਮੈਂ ਤੇਰਾ ਮੂੰਹ ਛੂ ਐ ਕਰਕੇ ਮਰੋੜ ਮਨ ਉੱਟ ਦੇਣਾ ਹੈ। ਉਹ ਤੁਸੀਂ ਆ ਗਏ, ਮੈਡਮ ਹੀ ਨਸ਼ਾ ਹੀ ਨਾ ਤੁਹਾਡੇ ਲੱਗਦਾ, ਮੇਰਾ ਪਤਾ ਨਹੀਂ। ਓ ਬੀਬੀ, ਤੂੰ ਵੀ ਮੈਨੂੰ ਜਾਣਦੀ ਨਹੀਂ ਤੇ ਤੂੰ ਮੈਨੂੰ ਨਹੀਂ ਜਾਣਦਾ। ਹਾਂ, ਮੈਂ ਡਾਇਰੈਕਟ ਅੰਦਰ ਕਰਾ ਦੇਣੀ ਆ। ਆ ਤੂੰ ਕਰਾ ਸਕਣੀ ਹੈ ਭਾਈ? ਆ ਖੋਤਾ ਚੁੱਕਦਾ ਨਿਕਲ ਗਿਆ। ਮਰਜ਼ੀ ਪਾ ਦਿੰਦਾ ਬਗੈਰ ਜਿਹਾ ਤੇ ਬੰਦਾ, ਇਹਦੀਆਂ ਕਿਹੜੀਆਂ ਈਦ ਕਾਰਡ ਨਿਕਲਦੇ ਨੇ? ਹਰ ਗੱਲ ਦਾ ਜਵਾਬ ਦਿੰਦਾ। ਪਹਿਲਾਂ ਮੈਂ ਨਾ ਪਾਇਆ ਬਿਸਤੀ ਕਰਨ ਵਾਲੀ ਮਸ਼ੀਨ, ਔਰ ਇਹ ਸੱਚੀ ਮੁੱਚੀ ਦੀ ਗੱਲ ਕੇ ਡਰਾਮੇ ਤੋਂ ਇਲਾਵਾ ਖੁਦਾ ਪਾਕ ਦੀ ਕਿਸਮ, ਏਡਾ ਬਗੈਰਤ ਆਦਮੀ, ਇਹਦੀ ਵਜ੍ਹਾ ਤੋਂ ਮਸਤਾਨਾ ਦੌੜ ਰਿਹਾ ਸਭ ਬਗੈਰ। ਮੈਨੂੰ ਇਹ ਦੱਸ ਗੱਲਾਂ ਕਿੱਥੇ ਬਹਿ ਕੇ ਬਣਾਉਣਾ? ਇਹ ਤੁਹਾਡੇ ਘਰ ਰਾਤ 4:30 ਵਜੇ ਤੋਂ ਬਾਅਦ ਤਦੇ ਮੈਂ ਕਹਾਂ ਅੱਬਾ ਜੀ ਅੱਜ ਕੱਲ੍ਹ ਰੋਂਦੇ ਕਿਉਂ ਨੀ ਰੱਖਦੇ? ਅੱਗੇ ਤਾਂ ਮਸਜਿਦ ਦੀਆਂ ਚਾਬੀਆਂ ਉਹਦੇ ਕੋਲ ਹੁੰਦੀਆਂ ਨੇ। ਮਸਜਿਦ ਦੀਆਂ ਚਾਬੀਆਂ ਨੇ ਸਕਾਵੇ ਦੀਆਂ ਜਿਹੜੇ ਤੈਨੂੰ ਬਾਂਟਦਾ। ਮੈਂ ਕਿਹਾ ਰੋਜ਼ੇ ਨਹੀਂ ਰੱਖਦਾ, ਕਹਿੰਦਾ 3 ਮਰਲੇ ਦਾ ਮਕਾਨ ਆ, ਬੱਚੇ ਰੱਖਾਂਗੇ, ਰੋਜ਼ੇ ਰੱਖਾਂ। ਯਾਰ, ਤੈਨੂੰ ਕਿਹੜੀ ਕਿਹੜੀ ਗੱਲ ਦਾ ਜਵਾਬ ਦਵਾਂ? ਅਸੀਂ ਤੁਹਾਡੇ ਨਾਲਾ ਤੇ ਡੰਗਲਾ ਸਾਲਿਆ ਘਰ ਹੀ ਆ ਗਿਆ, ਭਾਬੀ ਦਾ ਪਾ ਆ। ਤੂੰ
ਤੁਸੀਂ ਇਹਨੂੰ ਚੌੜ ਕੀਤਾ ਔਰ ਇਹ ਸੱਚੀ ਮੁੱਚੀ ਹਰਾਮ ਦਾ ਤੁਸੀਂ ਇਹ ਤਾਂ ਸਮਝਣਾ ਕਿ ਉਹ ਇਕੱਲਾ ਹੀ ਆ ਸਾਰਾ ਦਹੀਂ ਭਲੇ ਖਾ ਕੇ ਰੱਫੜ ਪਾਸੇ ਕਹਿੰਦਾ ਚਾਚਾ ਮੋਟੀ ਤੇ ਪਾਈ ਨੀ ਮਿਹਰਬਾਨੀ ਮੁਸਲਿਮ ਸ਼ੇਖ ਸਾਹਿਬ ਡਾਕਟਰ ਕਦੀਰ ਸਾਹਿਬ ਦੇ ਵੀ ਸਦਕੇ ਜਾਵਾਂ ਧੂਆਂ ਜੋੜ ਕੇ ਬੰਦਾ ਬਣਾ ਦਿੱਤਾ ਓਏ ਉੱਥੇ ਬਹਿ ਜਾ ਓਏ ਮਾਨੇ ਚੰਦੀ ਆਪਣੀ ਨਿਸ਼ਾਨੀ ਉੱਥੇ ਬੈਠ ਤੂੰ ਸੁਣਾ ਬਈ ਕੀ ਹਾਲ ਹੈ ਡੈਡੀ ਸਾਹਿਬ ਠੀਕ ਹੋ ਬਸ ਕਲਾਬ ਬੜੀ ਬਿਸਤੀ ਬੜਾ ਦਰਵਾਜ਼ੇ ਅੱਗੇ ਬੈਠਾ ਬੰਦੇ ਨੇ ਕਹਾਉਂਦੇ ਆ ਭਾਈ ਜੀ ਅਸੀਂ ਹੋਟਲ ਖੋਲ ਲਿਆ ਤੁਸੀਂ ਸਾਡੇ ਪਹਿਲੇ ਕਸਟਮਰ ਹੋ ਮੈਂ ਤੁਹਾਡੇ ਕੋਨੇ ਖੋਲਣੇ ਆ ਬੜੀ ਬਿਸਤੀ ਕਰਦੇ ਹੋ ਤੁਸੀਂ ਆਪਣੇ ਡਾਇਰੈਕਟਰ ਦੀ ਤੇਰੇ ਤੇ ਕਿਹੜਾ ਚਾਦਰਾਂ ਜਾਣਣੀਆਂ ਉਹ ਮੇਰੀ ਗੱਲ ਸੁਣੋ ਐਕਟਰ ਹੈ ਵਾਲਾ ਘਰ ਹੈਗਾ ਪੈਸੇ ਦਾ ਫਿਕਰ ਨਹੀਂ ਕਰਨਾ 1975 ਤੋਂ ਫਿਲਮਾਂ ਮਾਸ਼ਾਅੱਲਾ ਬਣਾਉਂਦੇ ਆ ਇੰਟਰੀ ਸਹੀ ਗਈ ਐਰ ਕੀ ਜਾਣੀ ਹੈ ਜੇ ਚਾਪ ਨਹੀਂ ਕੰਮ ਕਰਨ ਡਿਆ ਇੱਧਰ ਹੋ ਗਈ ਬੈਠੇ ਹੋ ਫੋਨ ਨੰਬਰ 0342 1447 ਇਸ ਤਰ੍ਹਾਂ ਤੋਂ ਕੰਮ ਨਹੀਂ ਚੱਲੇਗਾ ਇਹੋ ਜਿਹਾ ਸਿਰ ਸਿਰ ਸਹਿਰੀ ਵਾਲੇ ਟੀਵੀ ਤੇ ਆਉਂਦੀਆਂ ਚੈਨਲ ਤੇ ਖਾਣਾ ਬਣਾਉਣ ਦਾ ਤਰੀਕਾ ਦੱਸ ਦੇ ਥੋੜਾ ਸਹੀ ਡਾਲਾ ਥੋੜਾ ਸਹੀ ਡਾਲਾ ਔਰ ਇਹ ਪਤਾ ਨਹੀਂ ਕੀ ਬਣ ਗਿਆ ਤੈਨੂੰ ਨਹੀਂ ਪਤਾ ਮੈਂ ਤੇਰਾ ਗੁੱਸਾ ਨਹੀਂ ਕਰਦਾ ਤੂੰ ਮੇਰੀ ਜਾਨ ਦੀ ਓਏ ਅਸੀਂ ਵੀ ਇਹਦਾ ਗੁੱਸਾ ਨਹੀਂ ਕਰਦੇ ਇਹੋ ਜਿਹੇ ਬੱਚੇ ਮੀਂਹ ਕਣੀ ਚ ਕੰਮ ਆ ਜਾਂਦੇ ਜਦੋਂ ਬਾਰਿਸ਼ ਹੁੰਦੀ ਹੈ ਨਾ ਮੀਂਹ ਕਣੀ ਚ ਬਾਰਿਸ਼ ਹੁੰਦੀ ਹੈ ਨਾ ਉਹ ਫਿਰ ਭਾਬੀ ਇਹਦੀ ਨੂੰ ਨਾਲ ਲੈ ਕੇ ਭਾਬੀ ਕਿਹੜੀ ਬਣਾ ਰਹੀ ਸਿਆਣੇ ਤੌਰ ਤੇ ਹੈ ਨਹੀਂ ਅੱਲਾ ਕਰਮ ਮੇਰੀ ਬੁੱਢੀ ਤੇ ਨੱਠ ਗਈ ਸੀ ਨਸ ਗਈ ਬੰਦੇ ਦਾ ਨਾਮ ਦੱਸ ਜੇ ਇਹਦੇ ਨਾਲ ਨਸੀ ਆ ਸ਼ਕੀਰ ਚੰਨ ਉਹ ਨਾਲੇ ਤੂੰ ਕਿਹੜਾ ਦੱਸਣਾ ਪੇਮੈਂਟ ਫੜ ਲਈ ਹੋਣੀ ਹਾਂਜੀ ਗਜ਼ਲ ਚੌਧਰੀ ਬਲਦ ਜਵੇਦ ਹਸਨ ਚੱਲ ਜਿੱਥੇ 5 ਆਏਗੀ 6ਵੀਂ ਕਰ ਯਾਰ ਅੱਲਾ ਰਿਸਕ ਲਾਏਗਾ ਕੈਸੀ ਬਾਤੇ ਕਰ ਰਹੇ ਆ ਜੈਸੀ ਆਤੀ ਹੈ ਮੋਤਰਮਾ ਉਰਦੂ ਵਿੱਚ ਆਪਕੇ ਦਾਂਤ ਕਿਤਨੇ ਚੀਟੇ ਹਨ ਥੈਂਕ ਯੂ ਵੈਰੀ ਮਚ ਇਹੋ ਜਿਹੀਆਂ ਬੱਚੇ ਦੀਆਂ ਜ਼ਿੱਪਾਂ ਠੀਕ ਕਰਦੀਆਂ ਸਕੂਲ ਥੋੜੀ ਸੀ ਜੇ ਥੋੜੀ ਸੀ ਔਰ ਇਹ ਕੀ ਹੈ ਓਏ ਆਰਟਿਸਟ ਤੇ ਚੰਗੀ ਭਲੀ ਉਹ ਕਿਹੜੀ ਆਰਟਿਸਟ ਹੈ ਦੇਖੇ ਮੈਨੇ ਆਪਣੇ ਪੈਸੇ ਵੀ ਨਹੀਂ ਵਾਪਸ ਕਰੇ ਤਾਂ ਮੈਂ ਯੂੰ ਚਲੀ ਜਾਵਾਂਗੀ ਕਿਹੜੀਆਂ ਫਿਲਮਾਂ ਕੀਤੀਆਂ ਨਹੀਂ ਤੂੰ 250 ਫਿਲਮ ਕੀਤੀ ਹੈ ਜਵੇਦ ਹਸਨ ਸਾਹਿਬ ਨੇ ਸਾਰੀਆਂ ਇਕੱਠੀਆਂ ਕਰੋ ਤੇ ਪੌਣੇ ਘੰਟੇ ਦੀ ਬਣਦੀ ਆ ਯਾਰ ਕੀ ਕਰਨਾ ਫਿਰ ਕੀ ਕਰਨਾ ਮੈਂ ਇਹ ਨਹੀਂ ਦੱਸਣਾ ਉਹਦੇ ਸਾਹਮਣੇ ਮੇਰੀ ਕੀ ਇੱਜ਼ਤ ਬਣਾਉਂਦੇ ਹੋ ਆਰਟਿਸਟ ਤੇ ਟਾਈਟਲ ਤੁਹਾਡਾ ਛੱਡ ਕੇ ਚਲੇ ਜਾਣਾ ਨਹੀਂ ਕਿਹੜੀਆਂ ਫਿਲਮਾਂ ਕੀਤੀਆਂ ਨੇ ਇਹੋ ਜੀਆਂ ਸਟੂਡੀਓ ਹੁੰਦੀਆਂ ਸਾਹਮਣੇ ਅੱਗੇ ਗਾਣਾ ਕਰਨੀਆਂ ਪਿੱਛੇ ਆਹੋ ਜੀ ਆਹੋ ਉਹਨੇ 3 ਲੱਖ ਲੈਣਾ ਤੂੰ ਚਾਹ ਦੇ ਕੱਪ ਦੇ ਮਰਨ ਵਾਲੀ ਹੋਈ ਓਏ ਇਹਨਾਂ ਨੂੰ ਮਾਰੋ ਕਮਰੇ ਚ ਨਹੀਂ ਨਹੀਂ ਹੂੰ ਹਾਂਜੀ ਹਾਂਜੀ ਦੇਖੋ ਜੀ ਮੇਰਾ ਕਮਰਾ ਉੱਥੇ ਲੱਗਣਾ ਪਿੱਛੋਂ ਹਵਾ ਆਉਂਦੀ ਰਹੇ ਮੈਨੂੰ
ਦੋ ਆਂਡੇ ਦੇਣ ਵਾਲੀ ਹੈ।
ਪੰਜਾਬੀ ਚ ਬੋਲ ਮੈਂ ਠੀਕ ਆ ਮੈਡਮ ਠੀਕ ਆ ਮੈਂ ਪਹਿਚਾਣ ਲਿਆ ਇਹਦੀ ਕੋਈ ਵਿਛੜੀ ਭੈਣ ਏ ਦੁੱਖ ਸਕਣ ਲਿਆ ਅੱਛਾ ਮੈਡਮ ਮੈਡਮ ਮੇਰੀ ਗੱਲ ਸੁਣੋ ਇਹਦੇ ਚ ਤੁਹਾਡੇ ਕੱਪੜੇ ਨੇ ਯੈਸ ਤੇ ਇਹਦਾ ਇਹਦਾ ਫੀਡਰ ਵੀ ਇਹਦੇ ਚ ਹੀ ਇਹ ਚ ਸਾਡੀਆਂ 100 ਇਤਿਹਾਸੀ ਚੀਜ਼ਾਂ ਨੇ ਠੀਕ ਹੈ ਇਹ ਚ ਇਹ ਇਤਿਹਾਸੀ ਚੀਜ਼ਾਂ ਫਟਕੜੀ ਇਹ ਉਹ ਛੱਡ ਦੇ ਉਹ ਇਹ ਚ ਸਾਡੀਆਂ ਚੀਜ਼ਾਂ ਦੇ ਪਾਇਲ ਕੋ ਕਰੇ ਅੱਛਾ ਮੇਰੀ ਗੱਲ ਸੁਣੋ ਜਿਹੜੀ ਮਰਜ਼ੀ ਇਹਦੇ ਨਾਲ ਬਦਤਮੀਜ਼ੀ ਕਰੋ ਮੈਂ ਬਰਦਾਸ਼ਤ ਕਰਾਂਗਾ ਇਹਨੂੰ ਕੁਛ ਨਹੀਂ ਕਹਿਣਾ ਓਕੇ ਇਹ ਤੁਹਾਡੀ ਭਰਜਾਈ ਹੈ ਓਏ ਸ਼ਾਦ ਕਬੂ ਕਰ ਤੇਰੀ ਵਜ੍ਹਾ ਤੋਂ ਪਹਿਲੇ ਨੁਕਰਾਨੀ ਮੇਰੀ ਗਈ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਯਾਰ ਤੂੰ ਇਹਦੇ ਥੱਲੇ ਲੱਗਾ ਲੈ ਬਹੁਤੇ ਮੈਨੂੰ ਠੰਡ ਲੱਗਦੀ ਹੈ ਯਾਰ ਇਹਨੂੰ ਕਮਰੇ ਦੀਆਂ ਔਰਤਾਂ ਵੇਖਣੀਆਂ ਨਹੀਂ ਸਟੇਸ਼ਨ ਤੇ ਵੇਖਿਆ ਕਰ ਸਿਲਵਰ ਦਾ ਕੋਲਾ ਰੇੜ ਕੇ ਪਿੱਛੇ ਘੁੰਮਣ ਰਹੀਆਂ ਹੁੰਦੀਆਂ ਪੁੱਛਣਾ ਕੀ ਹੋਇਆ ਐਸਾ ਹੋ ਰਿਹਾ ਤਵੀਜ਼ ਪਾਏ ਨੇ ਔਰ ਫਿਰ ਬੱਚੇ ਵੀ ਐਸੇ ਪੈਦਾ ਹੁੰਦੇ ਨੇ ਬਹੁਤ ਉੱਚੀ ਬੋਲਦੇ ਆਪਣਾ ਭਾਈਜਾਨ ਮੇਰੀ ਗੱਲ ਸੁਣੋ ਬਦਤਮੀਜ਼ੀ ਕਰਨ ਦੀ ਕੋਈ ਬਦਤਮੀਜ਼ੀ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਇੱਥੇ ਦਾ ਸਾਡਾ ਮੁਲਾਜ਼ਮ ਹੈ ਵੇਟਰ ਹੈ ਵੇਟਰ ਹੈ ਓਕੇ ਯੂ ਹੈਵ ਟੂ ਪੈਂਗ ਆਫ ਨੋ ਆਈ ਸਟੈਂਡ ਯੈਸ ਸਟੈਂਡ ਹਾਂ ਯੂ ਆਰ ਨੌਨਸੈਂਸ ਬੇਬੀ ਲੋਸ਼ਨ ਦੀ ਬੱਚੀ ਸਾਡੇ ਪਾਕਿਸਤਾਨ ਨੇ ਬੜੀ ਤਰੱਕੀ ਕੀਤੀ ਹੈ ਸਾਡੇ ਇਨਸਾਨ ਕੀ ਕੁੱਤੇ ਵੀ ਇੰਗਲਿਸ਼ ਸਮਝਦੇ ਨੇ ਸਿਟ ਡਾਊਨ ਡੁੱਬ ਕੇ ਮਰ ਡੁੱਬ ਕੇ ਮਰ ਜਾਓ ਬਗੈਰ ਤੋਂ ਕੀ ਹੈ ਦੇਖੋ ਤੇ ਸਹੀ ਤੁਹਾਡੇ ਨਾਲੋਂ ਗੈਰ ਮਜ਼ਹਬ ਚੰਗੇ ਦੇਖਣੀ ਅੱਛੀ ਉਹਨੇ ਗੱਲ ਪਾਕਿਸਤਾਨ ਸ਼ਜ਼ਾਦਾ ਮੁਲਕ ਹੈ ਇੱਥੇ ਕਸਰੇਦ ਆਇਆ ਮਹੀਨਾ ਰਹਿ ਕੇ ਗਿਆ ਆਪਣੇ ਮੁਲਕ ਅੱਛਾ ਜੀ ਹੁਣ ਉਹਦਾ ਮੂੰਹ ਤੇ ਇੱਕੋ ਹੀ ਗੱਲ ਹੈ ਕੀ ਪੱਥੀ ਆ ਗਈ ਪੱਥੀ ਚਲੀ ਗਈ ਪਾਗਲੋ ਤਾਂ ਤੇ ਪਤਾ ਹੀ ਨਹੀਂ ਨਵਾਂ ਕਾਨੂੰਨ ਪਾਸ ਹੋਇਆ ਹੈ ਕਿਹੜਾ ਗਵਰਨਮੈਂਟ ਨੇ ਕਿਹਾ ਜਿਹੜੇ ਨਵੇਂ ਜੋੜੇ ਨੇ ਨਾ ਜਿਨ੍ਹਾਂ ਦੀਆਂ ਨਵੀਆਂ ਸ਼ਾਦੀਆਂ ਹੋਈਆਂ ਉਹ ਬੱਚੇ ਪੈਦਾ ਨਹੀਂ ਕਰਨਗੇ ਬਿਜਲੀ ਪੈਦਾ ਕਰਨਗੇ ਸਹੀ ਗੱਲ ਹੈ ਤੂੰ ਆਪਣੀ ਬੀਵੀ ਨੂੰ ਨਾ ਯੂਪੀਐਸ ਫਿੱਟ ਕਰਾ ਦੇ ਉੱਥੇ ਕੀ ਹੋਣਾ ਬਦਤਮੀਜ਼ੀ ਟਾਈਮ ਦਾ ਕਰਿਓ ਜ਼ਿਆਦਾ ਤੋਂ ਜ਼ਿਆਦਾ ਸਿਰਫ 3 ਕੁ ਯੂਨਿਟ ਹੈ ਸਾਡੇ ਨਾਲ ਅਕਰਮ ਉਦਾਸ ਸਾਹਿਬ ਆਏ ਨੇ ਅਕਰਮ ਉਦਾਸ ਸਾਹਿਬ ਓਏ ਅਕਰਮ ਉਦਾਸ ਓਏ ਆਸਤਾ ਬੋਲ ਰਿਹਾ ਕਰ ਇਹ ਆ ਕਿੱਥੇ ਅਕਰਮ ਉਦਾਸ ਸਾਹਿਬ ਛੋਟੀ ਜੀ ਤੂੰ ਨਾਲ ਲੈਂਦੀ ਉਹਨੂੰ ਭੁੱਖ ਲੱਗੀ ਉਹਦੀ ਅੰਮੀ ਨੂੰ ਵੀ ਨਾਲ ਲੈ ਆਉਣਾ ਸੀ ਯਾਰ ਕੀ ਕਰ ਰਿਹਾ ਤੇਰੀ ਭਰਜਾਈ ਯਾਰ ਹਰ ਡਰਾਮੇ ਦੇ ਵਿੱਚ ਤੂੰ ਜਾਣ ਕੇ ਮੇਰੇ ਕੋਲ ਚੱਲ ਜੱਦਾ ਵਾਹ ਯਾਰ ਭਰਜਾਈ ਭਰਜਾਈ ਹੈ ਤੇਰੀ ਅੰਦਰੇ ਕੌਣ ਹੈ ਐਵੇਂ ਬੱਚੀ ਮਹੱਲੇ ਦੀ ਲੈਂਦੀ ਹੈ ਕਿੰਨੇ ਭਰਜਾਈ ਇਸ਼ਕ ਚੱਲ ਰਿਹਾ ਉਹਨਾਂ ਯਾਰ ਹੋ ਇਸ਼ਕ ਚੱਲ ਰਿਹਾ ਸ਼ਾਹ ਅਸਲਾਮ ਅਲੈਕੁਮ ਯਾਰ ਕੋਈ ਨਾ ਠੀਕ ਹੋ ਯਾਰ ਤੁਹਾਡੇ ਡਰਾਮੇ ਬੜੇ ਵੇਖਣੇ ਘਰ ਬੱਚਿਆਂ ਨੂੰ ਮਿਲਾਣਾ ਤੁਹਾਨੂੰ ਕੋਈ ਇੰਨਾ ਟਾਈਮ ਨਹੀਂ ਬੱਚਿਆਂ ਨੂੰ ਇੱਥੇ ਲੈ ਦੇਖੋ ਤੁਹਾਡੀ ਮਿਹਰਬਾਨੀ ਕੋ ਹਾਸੇ ਵਾਲੀ ਗੱਲ ਯਾਰ ਹਾਸੇ ਵਾਲੀ ਅਸੀਂ ਸਫ਼ਰ ਕਰਕੇ ਥੱਕੇ ਆ ਤੂੰ ਹਾਸੇ ਵਾਲੀ ਗੱਲ ਕੋਈ ਜੁਗਤ ਪਾਇਨ ਤੁਹਾਡੀ ਕੋਈ ਜੁਗਤ ਨਹੀਂ ਇੱਥੇ ਆਪ ਲੋਕੀ ਜੁਗਤਾਂ ਕਰਨ ਦੇ ਕਿੱਥੇ ਰਸਤੇ ਦੇ ਵਿੱਚ ਇੱਕ ਫਕੀਰ ਕਹਿੰਦਾ ਅੱਲਾ ਦੇ ਨਾਂ ਤੇ 10 ਰੁਪਏ ਦੇ ਮੈਂ ਕਿਹਾ ਕੱਲ ਲੈ ਲਈ ਕਹਿੰਦਾ ਇੰਜੀ ਲੱਖਾਂ ਰੁਪਏ ਪਸਾਏ ਨੇ ਜਿਹਦੇ ਕੋਲ ਜਾਂਦੇ ਕੱਲ ਲੈ ਲਈ ਸ਼ਾਬਾਸ਼ ਜਵਾਨ ਤੁਸੀਂ ਚੰਗੀ ਗੱਲ ਕਰਨ ਦੇ ਯਾਰ ਇਹਨੂੰ ਜਨਾਬ ਜਨਾਬ ਸਰ ਨਮਸਤੇ ਇਹਨੂੰ ਹਮ ਆਪਕੋ ਕੁਛ ਨਹੀਂ ਸਮਝਤੇ ਇਹ ਸਰ ਹਾਂਡੀਆਂ ਪਕਾਉਂਦਾ ਤੁਸੀਂ ਸਮਝ ਰਹੇ ਹੋ ਕਿ ਇਹਦੇ ਨਾਲ ਆਈ ਲਵ ਯੂ ਕਹਿ ਬਈ ਕੌਣ ਜੀ ਤੂੰ ਜਵੇਦ ਤੂੰ ਕਹਿ ਆਈ ਲਵ ਯੂ ਟੂ ਹਾਏ ਸਾਨੂੰ ਤੇ ਕਦੀ ਮਾਨਾ ਖੁਸਰੇ ਨੇ ਨਹੀਂ ਸੀ ਲਿਫਟ ਕਰਾਈ ਇਹ ਖੁਸਰੇ ਨੇ ਕਰਾਈ ਸੀ ਬਾਅਦ ਚ ਉਹਦੀ ਟਿੰਡ ਹੋ ਗਈ ਸੀ ਹਾਂ ਆਈ ਲਵ ਯੂ ਜਵੇਦ ਸਿੱਧਾ ਬਾਬਾ ਜਵੇਦ ਸਿੱਧਾ ਬਦਰ ਦੇ ਕਮਰਾ ਸਾਡਾ ਕਿਹੜਾ ਭਾਈ ਇਹ ਤਾਂ ਦੇ ਹਾਂ ਕਮਰਾ ਸਾਡਾ ਕੀ ਹੋਇਆ ਅਕਰਮ ਉਦਾਸ ਸਾਹਿਬ ਨਾਮੇ ਸਾਹਿਬ ਪਹੁੰਚ ਗਏ ਤੁਸੀਂ ਹਾਂ ਠੀਕ ਹੋ ਤੁਸੀਂ ਹਾਂ ਸ਼ਾਨਮ ਸਾਹਿਬ ਸਾਜੀ ਬਸ ਕਮਰੇ ਇਹ ਫੜ ਲੈ ਤੇ ਨਾ ਤੁਹਾਨੂੰ ਅੱਛਾ ਜੀ ਤੁਹਾਨੂੰ ਕੀ ਹੋਇਆ ਕੀ ਹੋਇਆ ਪੁੱਤੇ ਮੇਰੇ ਕਮਰੇ ਚ ਨਾ ਹਾਂ ਬੈੱਡ ਦੇ ਉੱਤੇ ਨਾ ਬਿਸਤਰੇ ਦੇ ਵਿੱਚ ਕੌਣ ਚੂਹਾ ਵੜ ਗਿਆ ਏ ਚੂਹਾ ਵੜ ਗਿਆ ਹਾਂ ਹੁਣ ਚੂਹੇ ਦਾ ਕੀ ਹਾਲ ਹੈ ਓਏ ਡਰ ਹੋ ਗਿਆ ਨਾ ਪਾ ਕੋ ਲੈ ਦੇ ਕੇ ਜਾਨ ਛੁਡਾ ਸਾਡੀ ਚੂਹਾ ਚੂਹਾ ਹੋ ਗਿਆ ਮੈਂ ਕੋ ਪਤਾ ਨਹੀਂ ਕੀ ਬੈੱਡ ਦੇ ਉੱਤੇ ਉਹ ਓਏ ਏਡੀ ਪਰੇਸ਼ਾਨੀ ਚੂਹਾ ਕਿਹੜਾ ਪੁੱਛਣ ਵਾਲਾ ਜਾਂ ਸ਼ਦੌਲੇ ਸ਼ਾਲੇ ਚੂਹਾ ਓਏ ਤੁਹਾਨੂੰ ਕਿੰਨੇ ਬੱਕ ਨਹੀਂ ਦਿੱਤੀ ਕਿ ਮੈਂ ਕਹ ਮਹੀਨਾ ਸ਼ਹੀਨ ਦੇ ਕਮਰੇ ਦੇ ਚੂਹਾ ਵੜਿਆ ਕਰ ਓਏ 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 ਭਾਈ ਕਿੰਨੀ ਵਾਰੀ ਕਹ ਮੈਡਮ ਨਹੀਂ ਹੈਗੀ ਓਏ ਨਾ ਸ਼ਹੀਨ ਹੈ ਯਾਰ ਤੁਹਾਡਾ ਦਿਮਾਗ ਤਾਂ ਨਹੀਂ ਹਟਣਾ ਤੇਰਾ ਦਿਮਾਗ ਸਹੀ ਕਰਨਾ ਕਰ ਤੇਰਾ ਦਿਮਾਗ ਉਹਦੀ ਹੀ ਨਾ ਸ਼ਹੀਨ ਓ ਯਾਰ ਵੇ ਐ ਐ
ਡਰਮ
ਡਰਾਮੇ 'ਚ ਮਿਊਜ਼ਿਕ ਤੁਰਨਾ ਹੀ ਜਨਾਬ ਮੈਂ ਇਹੋ ਜਿਹਾ ਮਿਊਜ਼ਿਕ ਦਿਆਂਗਾ ਤੁਹਾਡੀ ਤਬੀਅਤ ਖੁਸ਼ ਹੋ ਜਾਏ ਮੈਂ ਸੁਣਿਆ ਤੇਰੇ ਨਾਲ ਕੋਈ ਬੱਚੀ ਵੀ ਹੈ ਮੇਰੀ ਬੀਵੀ ਆਈ ਜੀ ਬੱਚੀ ਆਪਣੀ ਜਿਹੜੀ ਬੀਵੀ ਹੈ ਛੋਕਰਾ ਸੋਜੀ ਉਹ ਪਏ ਅਤਾਈ ਕੂੜ ਜਨਾਬ ਕੈਸੇ ਆਵਾ ਲੋਕ ਮੈਂ ਤੁਹਾਡੀ ਬਰਾਦਰੀ 'ਚੋਂ ਨਿਕਲ ਕੇ ਜਾ ਮੰਨਤ ਮੰਨ ਲਈ ਸੂ ਕਿ ਮੇਰੇ ਘਰ ਪੁੱਤਰ ਵਿੱਚ ਸ਼ਿਕੰਜ ਵੀ ਵੱਡਾਂਗਾ ਪੁੱਤਰ ਸਰਦੀਆਂ 'ਚ ਹੋਇਆ ਲਵੇ ਮੌਲਾ ਤੈਨੂੰ ਮੈਨੂੰ ਗੌਰ ਨਾਲ ਵੇਖੋ ਸ਼ਾਇਦ ਮੈਂ ਤੁਹਾਡਾ ਗੁੰਮਸ਼ੁਦਾ ਆਪਣ ਵਜਾ ਨਿਕਲਾਂਗਾ ਔਰਤ ਹੈ ਕਿ ਔਰਤਾਂ ਦੇ ਖਿਲਾਫ ਸਾਗਰ ਜੀ ਔਰਤਾਂ ਦੀ ਤਰਫ ਗਾਮਜ਼ਨ ਸੜਕੇ ਜਾਵਾ ਲੋਕ ਜ਼ਾਲਮ ਨੇ ਮੇਰੀ ਬੀਵੀ ਦੇ ਖਿਲਾਫ ਸ਼ਾਲਾ ਤਜ਼ਾਬ ਲੋਕ ਜ਼ਾਲਮ ਨੇ ਮੇਰੀ ਬੀਵੀ ਤੇ ਤਜ਼ਾਬ ਸੁੱਟਦਾ ਕਿਸੇ ਨੇ ਜਾਨੂ ਤਜ਼ਾਬ ਨਹੀਂ ਬਲੈਕ ਬਾਜੀ ਮੈਨੂੰ ਬਾਹਰ ਛੱਡੋ ਬਾਜੀ ਬਿਸਮਿਲਲਾ ਮੇਰੀ ਸਾਲੀ ਹੈ ਜੀ ਤੁਹਾਡੀ ਸਾਲੀ ਹੈ ਹਾਂਜੀ ਬੜੀ ਠੰਡੀ ਹੈ ਮੈਂ ਕਿਹਾ ਬਾਜੀ ਠੰਡੀ ਤੂੰ ਬੜੇ ਸਿਰ ਤੇ ਸਮੋਸੇ ਲਾਈ ਫਿਰਨਾ ਹੈ ਜਾਨੂ ਕੀ ਗੱਲ ਇਨਕੋ ਕਿਆ ਪਤਾ ਕਿ ਆਪਕੀ ਅਫਰੀਕਾ ਮੈਂ ਕਿਆ ਵੈਲਿਊ ਹੈ ਜੰਗਲਾਤ ਮੈਂ ਆਪ ਜੈਸੀ ਰਕਾਸਾ ਹੋਤੀ ਹੈ ਜਿਹਨੇ ਬਾਂਦਰ ਸਲਾਜੀਤ ਕੀ ਵੇਲੇ ਦੇਤੇ ਸਲਾਜੀਤ ਜੀ ਜਾਨੂ ਜਾਨੂ ਬੜਾ ਮਰ ਗਏ ਰੇੜੇ ਤੇ ਗਿੱਲਾ ਗੋਇਆ ਵਿੱਚ ਵਾਲੇ ਯਾਰ ਹਸਨ ਤੇ ਵੇ ਪਿਆਰ ਨਾਲੋ ਪਿਆਰ ਮੇਰੇ ਮੁਜਰੇ 'ਚ ਕੋਈ ਬੱਚੇ ਕਹਿੰਦੇ ਬਾਹਰ ਚਲੇ ਜਾਓ ਤੁਹਾਡੇ ਬਾਰੇ ਜੀ ਹੈ ਵਤਨ ਪਿਆਰ ਝੱਗ ਵੀ ਬਹੁਤੀ ਨੌਵੇਂ ਦੀਆਂ ਖਬਰਾਂ ਦੁੱਧ ਨਾ ਦਹੀਂ ਛੋਟੀ ਇਧਰ ਆ ਨੀ ਹਾਂਜੀ ਬਾਜੀ ਸਾਨੂੰ ਆਮ ਔਰਤਾਂ ਨਾ ਸਮਝਣਾ ਅਸੀਂ ਇੱਟਾਂ ਦੀ ਟਰਾਲੀ ਵੀ ਲਾ ਲੈਣੀ ਹੈ ਜਾਨੂ ਆਪ ਫਿਲਮ ਮੇ ਕਾਮ ਕਰਨਾ ਪਸੰਦ ਕਰੇਗੀ ਮੈਂ ਤੂੰ ਇਹਨਾਂ ਫਿਲਮਾਂ 'ਚ ਕੰਮ ਕੀਤਾ ਕੀ ਬਣਿਆ ਤੇਰਾ ਹੈ ਹੈ ਮੈਂ ਕਿਹਾ ਭਾਜੀ ਫਿਲਮਾਂ ਬਣਾਈਆਂ ਬੱਚਿਆਂ ਤੇ ਬਣਾਇਆ ਨਹੀਂ ਮੈਂ ਤੇ ਹਸਨ ਕੇਬਲ ਆਂਦੀ ਹੈ ਨਾ ਉਹ ਬੜੀ ਖਮੋਸ਼ ਜੀ ਕੇਬਲ ਹੁੰਦੀ ਹੈ ਉਹਦਾ ਹਵਾ ਨਹੀਂ ਹੁੰਦਾ ਦੇਖੋ ਮੈਂ ਜਿਨ੍ਹਾਂ ਦੇ ਤੱਕ ਚੈਨਲ ਲਾਣਾ ਦੇਖਾਂ ਮੈਂ ਕੰਫਰਟੇਬਲ ਨਹੀਂ ਮਹਿਸੂਸ ਕਰਦੇ ਬੱਚੀ ਨੂੰ ਚੈਨਲ ਵਿਖਾਓ ਬਗੈਰ ਤੋਂ ਕਿੰਨੇ ਵੜੇ ਉਹ ਚੈਨਲ ਨੂੰ ਵਿਖਾ ਸਕਦੇ ਕਿਹੜਾ ਚੈਨਲ ਦੇਖਣਾ ਹੈ ਇਹ ਦੇਖ ਸਿਟੀ 42 ਤੈਨੂੰ ਕਿਹੜਾ ਚੈਨਲ ਹੈ ਬੱਤੀ ਆਂਦੀ ਹੈ ਬੱਤੀ ਜਾਂਦੀ ਹੈ ਪਰ ਨਸੀਬੋ ਹਾਲੀ ਵੀ ਗਾਣੇ ਗਾਉਂਦੀ ਕੀ ਬਕਵਾਸ ਕੀ ਹੈ ਮੈਂ ਕੀ ਹੈ ਕੀ ਹੈ ਛੱਡ ਦਿਓ ਹੋਟਲ ਛੱਡ ਦਿਓ ਕੀ ਹੈ ਉਹ ਚੜੇਲਾ ਆ ਗਈਆਂ ਨੇ ਹੈ ਮੇਰੀ ਵਾਈਫ ਤੇ ਵਾਈਫ ਮੇਰੀ ਵਾਈਫ ਹਾਂ ਜੀ ਅਸਲਾਮ ਅਲੈਕਮ ਮੁਹਤਰਮਾ ਲੜਕੀ ਹੂੰ ਮੈਂ ਲੜਕੀ ਇਹ ਕਿੰਨੇ ਵਜੇ ਦਾ ਵਕੂਆ ਹੋਇਆ ਜੀ ਕਿੰਨੇ ਵਜੇ ਦਾ ਤੂੰ ਵਾਕਿਆ ਖੁਸਰਾ ਆਈਆਂ ਤੇ ਘੰਟਾ ਪਹਿਲੇ ਸੱਟ ਲੱਗੀ ਆ ਇਹ ਸਦਾ ਦੇ ਤੌਰ ਤੇ ਤੈਨੂੰ ਇਹਦੇ ਨਾਲ ਸੁਹਾਗ ਰਾਤ ਮਨਾਣੀ ਪੈਣੀ ਚਲੋ ਸ਼ਾਇਦ ਤੇਰੀ ਆਖਰੀ ਰਾਤ ਹੋ ਜਾਏ ਸਾਡੇ ਨਾਲ ਕੀ ਜ਼ੁਲਮ ਹੋਇਆ ਤੂੰ ਵਾਕਿਆ ਦੱਸੋ ਨਾ ਜਾਵੇ ਜਾ ਕੇ ਦਾੜੀ ਬਣਾਵੇ ਕੀ ਗੱਲ ਕੀ ਜ਼ੁਲਮ ਹੋਇਆ ਤੁਹਾਡੇ ਨਾਲ ਮੈਨੂੰ ਕੋਈ ਸਹੂਲਤ ਨਹੀਂ ਆਈ ਮੇਰਾ ਖਿਆਲ ਲੈ ਨਹੀਂ ਬਣਾ ਲਓ ਮੈਂ ਤੁਹਾਡਾ ਤਾਰਫ ਨਾ ਕਰਾ ਦਿਆਂ ਸਾਰਿਆਂ ਦਾ ਚੰਗੀ ਪੱਲੀ ਪੀਸੀਓ ਚਲਾਉਂਦੀ ਹੁੰਦੀ ਸੀ ਚੰਗੀ ਪੱਲੀ ਮੈਂ ਇਹ ਅਬਦੁਲ ਰਜ਼ੀਆ
ਆਮ ਔਰਤਾਂ ਨਹੀਂ ਅੱਛਾ ਅਸੀਂ ਗੁਜਰਾਂ ਦਾ ਫੰਕਸ਼ਨ ਦਿੱਤਾ ਗੁਜਰਾਂ ਦਾ ਜੀ ਗੁਜਰਾਂ ਦੇ ਘਰ ਸਾਰੀ ਰਾਤ ਨੱਚਦੇ ਰਹੇ ਅੱਛਾ ਮੇਰੇ ਮੈਂ ਕਿਹਾ ਗੁਜਰ ਬਾਦਸ਼ਾਹ ਸਾਨੂੰ ਕੁਝ ਲਾਓ ਫਿਰ ਜਿਹੜੇ ਮੱਝਾਂ ਨੂੰ ਟੀਕੇ ਲੱਗਦੇ ਉਹ ਲਾਤੇ ਸਾਨੂੰ ਤੈਨੂੰ ਤੇ ਉਹਦੇ ਨਾਲ ਵੀ ਕੁਝ ਨਹੀਂ ਬਣਿਆ ਹੋਣਾ ਜਾਨ ਤਿੰਨ ਨੰਬਰ ਕਮਰਾ ਕੋਈ ਸਾਨੂੰ ਤੇ ਮੇਰੀ ਗੱਲ ਕੀ ਹੋਇਆ ਚੱਲ ਪਰ ਹੁਣ ਕੀ ਹੋਇਆ ਐਵੇਂ ਮੈਨੂੰ ਕਹਿੰਦੀ ਛੱਤ ਵਾਲਾ ਪੱਖੇ ਦਾ ਵੇ ਡੰਡਾ ਕਿੱਡਾ ਲੰਮਾ ਇਸ ਗੱਲ ਦਾ ਕਿ ਬੇੜੇ ਗਰਕ ਹੋ ਗਏ ਨਾ ਕੰਨ ਕਸ ਮੇਰੇ ਵਾਲ ਪਾਣ ਲਵਾਂਗੇ ਮੁਸਲਮਾਨ ਰੋਜ਼ ਰੱਖੋ ਇਹਨਾਂ ਨੂੰ ਤਿੰਨ ਨੰਬਰ ਕਮਰਾ ਦੇ ਦੇ ਤੇ ਇਹਨਾਂ ਨੂੰ ਨੌ ਨੰਬਰ ਕਟਰ ਦੇ ਦੇ ਵੇ ਮੈਨੂੰ ਵੀ ਠੰਡਾ ਕਮਰਾ ਦੇ ਦੇ ਅਸੀਂ ਦੋਵੇਂ ਭੈਣਾਂ ਮੁਲਤਾਨ ਤੇ ਸਾਹੀਵਾਲ ਦੀਆਂ ਗਰਮੀਆਂ ਖਾ ਕੇ ਆਈਆਂ ਸਾਨੂੰ ਕੋਈ ਠੰਡਾ ਕਮਰਾ ਦੇ ਦੇ ਠੰਡ ਪੈ ਜੇ ਆਓ ਤੁਹਾਨੂੰ ਕਮਰਾ ਦਈਏ ਹਰ ਕਮਰਾ ਠੰਡਾ ਹੈ ਆਪ ਖਾਣੇ ਨੇ ਕਿਆ ਪਸੰਦ ਕਰੇਗੀ ਮੋਹਤਰਮਾ ਬਸ ਜੋ ਲੱਭ ਜੇ ਕੀ ਹੋਵੇ ਉਹ ਕੀ ਹੋਇਆ ਤੁਹਾਨੂੰ ਹੁਣ ਤਾਂ ਜਾਣਾ ਮੈਨੂੰ ਕਹਿੰਦਾ ਆਪਣਾ ਫੋਨ ਨੰਬਰ ਤੇ ਤੇ ਦੇ ਦੇ ਆ ਲਿਖ 0303 ਦੋ ਨਾਲ ਇੱਕ ਬੰਦਾ ਫਰੀ ਕਮਰਾ ਮਿਲ ਗਿਆ ਤਿੰਨ ਦਿਨ ਹੋ ਗਏ ਸਾਨੂੰ ਚੁਬੜੀ ਚੌਂਕ ਸੌਂਦੇ ਆ ਮਸਾ ਮਸਾ ਕਮਰਾ ਮਿਲਿਆ ਸਾਡੀ ਫੋਰਨ ਗੱਲ ਸੁਣੀ ਨਹੀਂ ਯਾਰ ਇਹ ਕਿਸ ਤਰ੍ਹਾਂ ਦਾ ਹੋਟਲ ਹੈ ਯਾਰ ਕਿਸ ਤਰ੍ਹਾਂ ਦਾ ਹੋਟਲ ਹੈ ਚਾਹੀਦਾ ਇਹ ਬਾਥਰੂਮ ਨੇ ਕੀ ਹੈ ਮੈਂ ਬਾਥਰੂਮ ਚ ਬੈਠਾ ਥੱਲੋਂ ਕੋਈ ਸਿਗਰਟ ਬੁਝਾ ਗਿਆ ਯਾਰ ਹੋਟਲ ਮੇਰਾ ਹੈ ਆਪਣੇ ਆਪਣੀ ਗੱਡੀ ਚ ਬੇਵਕੂ ਮੇਰੀ ਬੀਵੀ ਦੀ ਬੜੀ ਖੁਆਇਸ਼ ਸੀ ਇਹ ਕਹਿ ਰਹੀ ਸੀ ਮਰੀ ਵੇਖਣੀ ਮੈਂ ਕਿਹਾ ਮੈਂ ਤਾਂ ਮਰੀ ਉਦੋਂ ਦੀ ਵੇਖੀ ਜਦੋਂ ਜਿਉਂਦੀ ਹੁੰਦੀ ਸੀ ਲੇਕਿਨ ਮਰੀ ਵੇਖਣੀ ਭਾਈ ਲੇਕਿਨ ਕਿੱਥੇ ਹੋਟਲ ਬਣਾ ਲਏ ਕਦੀ ਉੱਤੇ ਚੜੋ ਕਦੀ ਥੱਲੇ ਉਤਰੋ ਕਦੀ ਉੱਤੇ ਚੜੋ ਕਦੀ ਥੱਲੇ ਉਤਰੋ ਕਿੱਥੇ ਬਣਾ ਲਿਓ ਉਹ ਭਾਈ ਜੀ ਮਰੀ ਲੋਕੀ ਆਉਂਦੇ ਹੀ ਉੱਤੇ ਥੱਲੇ ਚੜਨ ਵਾਸਤੇ ਗਲਤ ਕਰ ਰਹੇ ਹੋ ਮੇਰਾ ਖਿਆਲ ਹਯਾ ਕਰ ਘੋੜਾ ਬਣ ਤੂੰ ਘੋੜੀ ਬਣਨੇ ਖੁਆਇਸ਼ ਹੈ
سر نام ذرا اپنا میرا نام لکھ لو جی اپنا کامران کامران ہاں جی صحیح تے لکھو صحیح تے لکھو سر کی صحیح لکھ لے پہلے پونا کا ہاں جی کا ال پیش کھڑا کو کامران نے تعلیم دیکھو تعلیم ہی نہیں ائی کامران ہاں جی کامران ڈاکٹر کامران ڈاکٹر کامران اج دیکھیں بیوی دا نام جی بیوی دا نام نینا نینا کیسے لگے تے ڈاکٹر صاحب ارے کی کپڑے بدلی جاندی نہائی جاندی ہائے کیسے ہیں آپ ہلو کیسی ہیں آپ ٹھیک ہے میں تانوں کتے دیکھے ہیں پھر گل کریں گے بیوی نال ہے جانو جی جانو یہ کہہ رہی ہے اس کو اس نے آپ کو کہیں دیکھا ہے دیکھا ہے گا کدھر بتی گئی مینوں نہیں پتہ لگا ہونا جناب پاکستان فلیٹ پر جانی اوریجنل گل ہے میں تانوں کتے دیکھے ہیں مینوں جگہ یاد نہیں آ رہی او دفا کرو جگہ تے چھڈو پراو جی تو پے پھڑ کے دسے سا ہاں یاد ہوئے گا ہوٹل ہاں جی تے تہاڈی شوٹنگ میرے خیال ہو رہی سی میں بھی تانوں کتے ٹی وی تے نہیں آ رہے ہاں جی میں بند ٹی وی چانا نہیں ویکھیا ہونا تسی میں کہ کی پرابلم کی کر رہے ہو میرے کمرے چ پانی نہیں آ رہا پانی نہیں آ رہا ہاں جی پانی نہیں آ رہا میرے کمرے میں پانی نہیں آ رہا تو ٹوٹی بند کر کے نہ آ جائے گا کدی چوہا تنگ کرتا ہے کدی ٹوٹی چ پانی نہیں آتا اے کیڑا چوہا جڑا بار بار کپڑے بدلاون دے ہے اے ذرا گھمنا جی اے گھمنا اے تسی سکولے آئے نہیں تے بستا کیوں پایا ہے سر واٹ ناؤ سر ہاں جی کدی پتی نہیں آ رہی ہے ہیں اے کیوں جا کمرہ تے پتی نہیں آ رہی ہے اچھی گل ہے بتی نہ ہی آوے تے اچھی گل ہے جی یہ کاروبار کیا تسی بتی بالو تے آوے نہیں یار سینے سے رہنا کیوں نہ کر رہی ہے تے پانی آ رہا ہے نہ بتی آ رہی ہے نہیں سر کوئی پرابلم نہیں ہے نہیں بس ائی جی تھانے کمرے دی بہ توڑے گی بھائی میرے بیوی نال ہے میں پہن لے کے تے نہیں پانی نہیں آ رہا سی ہاں بھائی جی آ جائے یہ کی گل ہے میں کہیا پا جی مال لوڑ تے منگن چلے او چھوٹی تی نال گردے خراب اللہ کھالا سر اپ شرم کر کو ہے یہاں گھر بغیر نہ کی ہویا کی جناب اللہ دیا بچی تے ظلم کرن دے آیا کی ہویا اندر گرمی لگ رہی ہے میں چلو ذرا باہر پھیر ٹر کے آنے اچھا اچھا مالک صاحب نہیں پہچانے نہیں نہیں پہچانے نہیں اوہو بڑا مشہور بندہ تھے کون ہے اے میرا دے نکاح دا گواہ ہے او منن نہیں ڈئی پولیس والے نے دی ٹینڈ کر دی ہے چشمہ بڑا اچھا لگتا سلمان خان لگتے جو مرضی لاؤ کنی ویلی جگہ پی اتنے بھی کچھ لا لو پو پراٹھے کھائی ابھی لے کے دیتا ہوں چلو میں دیتا ہوں گنجے چلو چلو بھائی لو کوئی گل یہ دا ویاہ ہویا بیوی تے بھی او بیوی ہور میرے نال کاریگر ہے جناب اپنا میرے کپڑے نے میری بیوی دی شیو دا سامان ہے میرا مطلب میرے شیو دا سامان ہے میری بیوی دے کپڑے نے میری بیوی کام تے جاندی تے ہنے پیسے آ جاندے کی بکواس کر رہے ہو او بینک چ لگی جناب اچھا اس قسم دا بینک کھیڑ دی کو کاریگر ہوے تے کمرے وچ لین سر آپ کچھ کھائیں گے آپ کچھ کھائیں گے انشاءاللہ ضرور کھائیں گے لیکن تہاڈے ہتھوں نہیں کھائیں گے جناب سر میری گل سنو اتنا مختصر جیا سامان میں تے تسی کوئی منجن بیچن والے لگن دے کمال کر دتی بھائی جان تسی کی مینوں کیوں دے دتا ہے تے کی گل کر کے میں بسے دوائی بیچن لگ رہا ہاں جی او تے دوائی بیچ لگ کیڑی کیڑی گل کہ سبھا دے پت پتری من دے پپچی دے تو پئی جس دے گرمی دور رہ پویں گے سڑک تے آئیے 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 مہربان قدر دان بھائی جان سر چکراتا ہے پاؤں کی تلیاں جلتی ہے کمر میں درد ہے تے پیڑے کم چھڈ دیو
ਜ਼ਹਿਰ ਗੰਦਾ ਬਗੈਰ ਤੋਂ ਖੁਸ਼ਕੀ ਹੋਈ ਹੈ ਨਾ ਕੇ ਮਿਲ ਗਈ ਨਾ ਤੁਸਾਂ ਮਾੜੇ ਹੋਟਲ ਨੇ ਥੱਲੇ ਹੋਟਲ ਬਣਾਈ ਛੋੜਿਆ ਮੈਂ ਛੋੜਨ ਨਾ ਲਗਾ ਤੁਸੀਂ ਸ਼ਰਮ ਨੀ ਆਵਣੀ ਹੋਏ ਮਾੜਾ ਹੋਟਲ ਹੈ ਗੋਲੀਆਂ ਮਾਰ ਕਹਿਣ ਡਿਆ ਕਾਣਾ ਕਿਸਕੀ ਆਖੀ ਕਾਣਾ ਕਿਸਕੀ ਆਖਣਾ ਮੈਨੂੰ ਕਿਸਕੀ ਆਖੀ ਓ ਸ਼ਬੀਰ ਬਣਨੀ ਉਹ ਕਿਧਰ ਗਿਆ ਮੇਕੀ ਤਾਂ ਕੋਈ 100 ਰੁਪਿਆ ਦੇਵੇ ਨਾ ਤੇ ਮੈਂ ਖੂਹ ਚ ਬੋਕਾ ਖਾ ਡਾਣਨਾ ਚੜਦੇ ਬਦਮਾਸ਼ੀ ਹੁੰਦੀ ਰਹੇਗੀ ਆਹ ਜ਼ਰਾ ਦਾਤਾ ਸਾਹਿਬ ਦਾ ਫਿਕਰ ਲਾ ਆਈ ਹੈ ਕਿਆ ਕਰਨਾ ਸਾਰੇ ਕਸਟਮਰ ਅਸੀਂ ਲੱਤਾਂ ਦੀ ਤਰੀਕ ਇਸ ਮਾੜੇ ਮੂੰਹ ਉੱਪਰ ਕੋਈ ਸ਼ਹਿਰ ਲਾਈ ਔਰ ਮੈਨੂੰ ਸ਼ੱਕ ਸੀ ਕਿ ਮੈਨੂੰ ਤਲਬ ਹੋ ਰਹੀ ਖੋਤੀ ਨੇ ਬਚਿਆ ਹੈ ਕੁਛ ਨੀ ਕਹਿੰਦਾ ਲੈਂਜ ਲਾ ਜੋ ਦੇ ਖੋਲਣ ਲੱਗਾ ਥੱਲੇ ਬੈ ਇਹ ਕੌਣ ਮੈਂ ਜੀ ਡਾਇਰੈਕਟਰ ਇਹ ਬੱਚੇ ਲੈ ਪ੍ਰੋਡਿਊਸਰ ਮੈਂ ਇਹਨੂੰ ਗੋਲੀ ਮਾਰ ਦੇਣੀ ਗੋਲੀ ਜ਼ਾਇਆ ਕਰਨੀ ਆ 90 ਦੀ ਗੋਲੀ ਆ ਟਗੇ ਦਾ ਬੰਦਾ ਨਹੀਂ ਓਏ ਹੈ ਕੌਣ ਕੌਣ ਮੈਂ ਜੀ ਹਦਾਇਤਕਾਰ ਹਦਾਇਤਕਾਰ ਕਰਦਾ ਕੀ ਸਾਰੇ ਗਾਹਕ ਮੈਂ ਲੱਤੂ
ਪੁੱਤਰ ਬਣੀ ਅਬਰ ਮਾੜਾ ਹੋਟਲ ਹੈ ਉਹ ਥੱਲੇ ਤੁਸੀਂ ਹੋਟਲ ਬਣਾਈ ਛੋੜਿਆ ਕਿੱਥੋਂ ਕਾਰਟੂਨਾਂ ਦੇ ਹੀਰੋ ਇੱਥੇ ਕਿਆ ਕਰਨਾ ਉਹ ਜੀ ਮੇਰੀ ਬੀਵੀ ਮੈਂ ਮਰੀ ਮੈਂ ਟੱਕਰਾਂ ਤੇ ਓਏ ਓਏ ਮੈਂ ਇੱਥੇ ਤੁਸਾਂ ਦੀ ਰਹਿਣ ਨਹੀਂ ਦਿੰਦਾ ਚੱਲ ਅਬੈ ਇੱਥੇ ਗਾ ਉਹ ਥੱਲੇ ਇੱਥੇ ਪਾਉਣ ਯਾਰ ਐ ਕਾਰਟ ਹੋਏ ਨਾ ਬਾਹਰ ਲੈ ਕੇ ਬਾਈ ਜੀ 1000 ਰੁਪਏ ਦੀ ਰੂਲ ਲੈ ਕੇ ਆਣਾ ਮੇਰੀ ਬੁੱਢੀ ਦਾ ਸਿਰ ਪਾਟ ਗਿਆ ਜੀ ਛੋਟੀ 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 ਅੱਧਾ ਜਾਣਦੇ ਮੈਂ ਬਦਮਾਸ਼ ਨਹੀਂ ਹੈਗਾ ਮੈਂ ਲੈ ਕੇ ਗੁੰਜਰ ਲੈ ਕੇ ਆਇਆ ਮੈਨੂੰ ਤੂੰ ਕੱਚਾ ਖਾ ਜਾਂਗੀ ਮੈਂ ਨਹੀਂ ਇਹਨਾਂ ਨੂੰ ਕੋਈ ਅੰਦਰੋਂ ਛੇੜਦਾ ਓ ਯਾਰ ਮੈਨੂੰ ਇਹ ਤੇ ਦੱਸ ਦੇ ਇਹ ਕੌਣ ਏ ਓਏ ਐ ਨਹੀਂ ਪਛਾਣੀ ਨਹੀਂ ਇਹ ਨਜੇਰੀਆ ਦੀ ਕੌਣ ਏ ਹਾਂ ਬੱਚਿਆਂ ਨੂੰ ਫਾਸੀ ਕਦਰੇ ਪਿਆਰ ਨਾਲੇ ਹੈ ਇਕੱਠੇ ਬਹਿ ਕੇ ਪੀਂਦੇ ਆ ਗੋਲੀ ਬਾਦ ਆਵੇ ਟੰ ਅੱਖ ਲੁਕੀ ਹੋਇਆ ਇਹ ਮੈਂ ਬਦਮਾਸ਼ ਨਾਲ ਰੱਖਿਆ ਨਾ ਇਸ ਮਾੜੀ ਅੱਖ ਚ ਫੈਰ ਮਾਰਿਆ ਇਹਨਾਂ ਨੇ ਇਸ ਤਰ੍ਹਾਂ ਬਾੜ ਦੇਣ ਮੈਨੂੰ ਬੰਬ ਤੋਂ ਨੀ ਡਰ ਲੱਗਦਾ ਮੈਨੂੰ ਧੂਏ ਤੋਂ ਬੜੀ ਐਲਰਜੀ ਮੈਂ ਬੰਬ ਨਾਲ ਨਾ ਮਰਨ ਲੱਗਾ ਇਹ ਮੈਂ ਕੀ ਮਾਰਨ ਲੱਗਾ ਹਾਂ ਨਾ ਪੁੱਤਰ ਨੇ ਬਣਨਾ ਔਰ ਗੱਲ ਸੁਣਾ ਮਾੜਾ ਆਪਰ ਹੋਟਲ ਹੈ 48 ਘੰਟੇ ਨਾ ਮੈਂ ਤੁਹਾਨੂੰ ਅਲਟੀਮੇਟਮ ਦੇਣਾ ਪਿਆ ਜੇ ਹੋਟਲ ਖਾਲੀ ਨਾ ਹੋਇਆ ਤੇ ਇੱਥੇ ਫੈਰੋ ਤੁਸੀਂ ਤੇ ਖੜੇ ਹੋ ਕੇ ਗੱਲ ਕਰੋ ਤੁਹਾਨੂੰ ਕਿਹਨੇ ਕਿਹਾ ਕਿ ਨਹੀਂ ਜਾਓ ਇਹਨਾਂ ਦੀ ਬੈਟਰੀ ਲੋ ਹੋਈ ਓਏ ਇਨਸਾਨ ਨਾ ਪੁੱਤਰ ਬਾਹਰ ਹੋਟਲ ਕਿੱਥੇ ਹੋਟਲ ਹੋਟਲ ਹੈ ਆਪਰ ਨਾ ਲੈਣ ਲਾਓ ਇਹ ਨਾ ਹੋਟਲ ਬਣਾਇਆ ਵੇ ਲੈਣ ਲਾਓ ਮੈਂ ਆਟਾ ਵੰਡਣ ਲੱਗੀ ਜੇ ਓਏ ਇੱਥੇ 18 ਬੰਦੇ ਪਹਿਲੇ ਮਰ ਗਏ ਤੂੰ ਆਟਾ ਵੰਡ ਸੇ ਮਾੜੇ ਪਰ ਕੀ ਸੈਰੋ ਕੀਤੀ ਆ ਮੈਂ ਤੁਸਾਂ ਕੀ ਛੋੜੋ ਨਾ ਲਗਾ ਬਾਰਿਸ਼ ਹੋਈ ਕਾਣਾ ਸਾਹਿਬ 48 ਕੀ ਗੱਲ ਵੇ ਤੈਨੂੰ ਕਹਿ ਗੱਲ ਹੈ ਮਾੜੇ ਹੋਟਲ ਮਾੜਾ ਆਪਰ ਹੋਟਲ ਹੈ ਇਹ ਮਾੜੀ ਪ੍ਰਾਪਰਟੀ ਹੈ ਅੜਤਾਲੀ ਘੰਟੇ ਬਾਅਦ ਹੋਟਲ ਖਾਲੀ ਹੋ ਸੀ ਸਮਝ ਆਈ ਹੈ ਕਿ ਨਹੀਂ ਨਹੀਂ ਤਾਂ ਇੱਥੇ ਲਾਸ਼ਾਂ ਹੀ ਖੜਸੋ ਇੰਨੀ ਡਰ ਗਈ ਡੋਲੇ ਪੀਲੇ ਹੋ ਗਏ ਉਹਦੇ ਬਾਜੀ ਬਾਜੀ ਜੀ ਤੇਰੇ ਮਾਸ਼ਾਅੱਲਾ ਜਾਣਦੇ 10 ਓਵਰ ਪੂਰੇ ਕਰ ਸਕਦੀ ਤੂੰ ਹੈ ਕੀ ਖਿਆਲ
शराब तो लाते मैटर भी करा दे फोटो कर ला के कहना मेरा दादा शहीद होया तेन मैं दस नहीं जनाब मैदान खाली जी पर नचो मेरा मामू है तेन समझ आ रही ना तू कुड़ी का जिथे विआह है नाल जाना लड़ाई करा दी मेरी अख ला गई मेरे अंगूठे ते दंदी वड़ दित्ती कद्दू भी पकाना सी बस गया आपको इंग्लिश आती है I love you का मतलब क्या होता है? मैं तुमसे प्यार करती हूँ। अपना मुंह देखते अपनी ख्वाहिशा में जान यार करने वाला काम करो इतने केड़े चक्कर च पै गए तुसी की जिंदगी मैं कहना करो मुदास साहब पर जाईदा एक तो गाना होना चाहिए मजबूर कर दे एक गाना वेख लो
ਆਪਣੀ ਬੇਗਮ ਦੇ ਨਾਲ ਅਸੀਂ ਆਏ ਕਰੋਨਾ ਸਕੇ ਸਾਨੂੰ ਹੋਟਲ ਚ ਕਮਰਾ ਚਾਹੀਦਾ ਇਹ ਤੁਹਾਡਾ ਹੋਟਲ ਦਾ ਕਿਰਾਇਆ ਭਾਵੇਂ ਤੁਸੀਂ ਇਹ ਫੜੋ ਬੇਗਮ ਨਾਲ ਇੱਕ ਵੱਡੀ ਬੋਤਲ ਲੈ ਆਓ ਮੈਂ ਤੈਨੂੰ 1000 ਹੋਰ ਪਾ ਕੇ ਦਿੰਦਾ ਤੂੰ ਆਪਣੀ ਨਿੱਕੀ ਲੈ ਆ ਬੋਤਲ ਬਦਤਮੀਜ਼ੀ ਕਰ ਰਿਹਾ ਭਾਵੇਂ ਛੇਤੀ ਛੇਤੀ ਕਮਰਾ ਦਾ ਹਾਲ ਕਮਰਾ ਹੁਣ ਤੁਸੀਂ ਭਾਈ ਜੀ ਬੱਚੀ ਲਿਆਓ ਛਾਪਾ ਨੀ ਪੈਂਦਾ ਬੱਚੀ ਕਿਹੜੀ ਭਾਈ ਨੇ ਬੇਗਮ ਹੈ ਮੇਰੀ ਉਹ ਹੈ ਜੀ ਬੇਗਮ ਧੀ ਦੀ ਉਹ ਤੁਸੀਂ ਪਹਿਲਾਂ ਕਦੇ ਨਹੀਂ ਆਉਂਦੇ ਬੇਗਮ ਕਿੱਥੇ ਜੇ ਬੇਗਮ ਮੇਰੀ ਬਾਹਰ ਹੈ ਬਹੁਤ ਠੰਡ ਬੜੀ ਉਹਨੂੰ ਬੁਲਾ ਲੈ ਜਲਦੀ ਬੇਗਮ ਹੈਲੋ ਭਾਈ ਜੀ ਤੁਸੀਂ ਗਲਤ ਲੋਕ ਤੁਹਾਡੀ ਬੇਗਮ ਨੱਚ ਰਹੀ ਜੇ ਭਾਈ ਨਹੀਂ ਅਸੀਂ ਗਲਤ ਲੋਕ ਨਹੀਂ ਬੇਗਮ ਜਿੱਥੋਂ ਆਈ ਨਾ ਉਹ ਪਤਾ ਹੈ ਗਲਤ ਹੈ ਅੱਛਾ ਅੱਛਾ ਓਏ ਤੁਹਾਡੇ ਮਤਲਬ ਆਈ ਲੋ ਜੀ ਮੈਂ ਪਹਿਚਾਨ ਲਿਆ ਹੀਰਾ ਮੰਡੀ ਦੀ ਘਰੇਲੂ ਔਰਤ ਬਹੁਤ ਪੁਰਾਣੀ ਆਲਮ ਲੁਹਾਰਨਾ ਵੀ ਕੰਮ ਕਰਦੀ ਰਹੀ ਮਹਿੰਗੀ ਤੇ ਨਹੀਂ ਲੱਗਣੀ ਦੰਦਾਂ ਲਈ ਰੇਹੜੀ ਤੋਂ 10 ਰੁਪਏ ਦੀ ਤੇ ਦੰਦਾਂ ਦੀ ਲੱਗਣੀ ਇਹਦਾ ਮਤਲਬ ਹੁਣ ਵੇਖੀ ਡਰਦੀ ਹੱਸੇਗੀ ਨੀ ਹੈਲੋ ਓਏ ਤੂੰ ਤਾਂ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਪੀਸੀ ਲੈ ਕੇ ਜਾਣਾ ਉਹ ਪੀਸੀ ਲੈ ਕੇ ਆਵਾਂ ਸੀ ਤੈਨੂੰ ਮੈਂ ਸਾਫ਼ ਕਰ ਦੇ ਇਹ ਵੀ ਪੀਸੀ ਹੈ ਵੇਖੀ ਤੈਨੂੰ ਹੁਣ ਪੀਸੀ ਪੀਸੀ ਲੱਗੇਗਾ ਵੇਖੀ ਤੂੰ ਪੀਸੀ ਪੀਸੀ ਨੂੰ ਕੀ ਕਰਦੇ ਜਾ ਸਹੀ ਦੱਸ ਓਏ ਮੇਰਾ ਨਾਮ ਬਾਲੀ ਜੱਟੀ ਹੈ ਪਹਿਲੀ ਵਾਰੀ ਆਈ ਮਰੀ ਚ ਹਾਂ ਇਹਦੀ ਉਮਰ ਕਿੰਨੀ ਹੈ ਤੇਰੀ ਸੁਣੋ ਤੇਰੀ ਉਮਰ ਕਿੰਨੀ ਮੇਰੀ ਉਮਰ ਕੀ ਪੁੱਛ ਲਿਆ ਜੀ ਓਏ ਇਹ ਕਿੰਨਾ ਦਾ ਰਾਜ਼ ਹੁੰਦਾ ਉਹ ਹੀ ਪੁੱਛ ਲਿਆ ਜੀ ਮੇਰੀ ਉਮਰ ਦੱਸ ਦਵਾ ਹਾਂ ਦੱਸ ਦੱਸ ਮੇਰੀ ਉਮਰ 14 ਸਾਲ ਹੈ ਇਹ ਤੇ ਹੋ ਗਈ ਨਾ ਇੱਕ ਸਾਈਡ ਦੀ ਯਾਰ ਇੱਕ ਸਾਲ ਦੀ ਤੇਰੀ ਯਾਰ ਹੁੰਦੀ ਮੈਨੂੰ ਇੱਕ ਸਾਲ ਦੀ ਉਮਰ ਤੇਰੀ ਹੁੰਦੀ ਆ ਵੈਸੇ ਕਿੰਨੀ ਹੈ 14 ਸਾਲ ਤੇ ਮਰੀ ਆਉਂਦਿਆਂ ਹੋ ਗਿਆ ਮੇਰੀ ਗੱਲ ਸੁਣੋ ਵੈਸੇ ਮੈਂ ਵੱਡਾ ਪੈਰਾਂ ਦੀ ਫੁੱਲੀ ਆ ਮੇਰੀ ਉਮਰ 14 ਸਾਲ ਲੋ ਜੀ ਮੇਰੀ ਉਮਰ 14 ਸਾਲ ਤੋਂ ਨਹੀਂ ਲੰਘਦੀ ਇਹਨਾਂ ਦੇ ਭਾਵੇਂ ਮੁੰਡਾ 21 ਸਾਲ ਦਾ ਹੋਵੇ ਕਿੰਨੀ ਉਮਰ ਹੈ ਤੇਰੀ ਮੇਰੀ ਗੱਲ ਸੁਣ ਤੇਰੀ ਉਮਰ ਕਿੰਨੀ ਹੈ ਜੋ ਤੇਰੀ 14 ਸਾਲ ਮੈਂ ਤੇ ਫਿਰ ਰਾਤੀ ਜੰਮਿਆ ਸੁਬਾ ਝੰਡ ਲਵਾ ਕੇ ਇੱਧਰ ਨੂੰ ਆ ਗਿਆ ਅੱਛਾ ਜੀ 14 ਸਾਲ ਕੀ ਹੋ ਆਪ ਹਾਂ 15 ਸਾਲ ਦੇ ਦਾ ਮੁੰਡਾ ਤੇ 14 ਸਾਲ ਦੀ ਆਪ ਹੋਟਲ ਖਾਲੀ ਨਹੀਂ ਕੀਤੀ ਇੰਨੇ ਦਿਨ ਤੂੰ ਮੈਂ ਤੇਰੇ ਨਾਲ 2 ਮਹੀਨੇ ਹੋ ਗਏ ਅੰਨੀ ਤੇ ਰੋਟੀ ਤੇ ਖਵਾ ਮੈਨੂੰ ਗੱਲ ਸੁਣੋ ਐਸੇ ਫੋਟੋਗ੍ਰਾਫਰ ਕੀ ਬੁਲਾ ਇਹਨਾਂ ਸਾਰੇ ਦੀਆਂ ਫੋਟੋਆਂ ਬਣਵਾ ਅਖਬਾਰ ਵਿੱਚ ਲੱਖ ਸੁਣ ਆਪਣੀ ਡਾਂਗ ਪਿੱਛੇ ਰੱਖ ਕੇ ਗੱਲ ਕਰ ਇਹ ਤੇਰਾ ਧਿਆਨ ਡਾਂਗਾ ਉੱਪਰ ਹੀ ਹੋਣਾ ਓਸ ਕਰ ਓਏ ਓਏ ਕਿਧਰ ਗਿਆ ਸ਼ਬੀਕ ਵਾਨੀ ਓਏ ਓਏ ਇਹ ਆਪ ਤੇ ਤੇਰੀ ਖੁੱਲੀ ਹੈ ਨਾ ਹਾਂ ਤੇ ਇਹ ਖਲੋਤਾ ਹੈ ਇਸ ਕੀ ਫੈਰ ਮਾਰੋ ਓਏ ਸਾਨੂੰ ਫੈਰ ਮਾਰਨ ਵਾਲਾ ਕੋਈ ਜਮਿਆ ਨਹੀਂ ਸਾਡਾ ਪਿਓ ਖਾਣਾ ਤੇ ਮਾਂ ਸਾਡੀ ਕਚਹਿਰੀ ਓਏ ਵਜਾ ਵਜਾ ਤੇਰੀ ਮਾਂ ਕਚਹਿਰੀ ਹੈ ਹਾਂ ਕੱਲ ਉੱਥੇ 250-300 ਬੰਦਾ ਵੜੇ ਆ ਸੀ ਖੋਤੀ ਨਾ ਪੁੱਤ ਨਾਜ਼ਮ ਸਾਹਿਬ ਉਹ ਇਹ ਸਾੜੇ ਲਾ ਕੇ ਨਾ ਨਾਜ਼ਮ ਔਰ ਦੇਖੋ ਜੀ ਨਾਜ਼ਮ ਸਾਹਿਬ ਅਸਾਂ ਤੁਸਾਂ ਕੀ ਗੋਟਾਂ ਦਿੱਤੀਆਂ ਹੈ ਤੁਸਾਂ ਕੀ ਕਾਮਯਾਬ ਕੀਤਾ ਇਹ ਹੁਣ ਸਾਡੇ ਹੋਟਲ ਨੇ ਥੱਲੇ ਨਾ ਹੋਟਲ ਬਣਾਇਆ ਇਹ ਕੋਈ ਇਨਸਾਫ ਨਹੀਂ ਗੱਲ ਹੈ ਇੱਥੇ ਫੈਰ
अमीर लोग हो ताड़िया अपनी शाना ने अच्छा रेस्टोरेंट चल रहे हैं गरीब लोग ने चलो इन्होंने कुछ चला लेंगे होटल सही कह रहे हैं अपना मेरी गल सही ਨਾਜ਼ਮ ਸਾਹਿਬ ਤੁਸੀਂ ਨਹੀਂ ਮੰਨੀ ਹੈ ਚਲੋ ਮਿਹਰਬਾਨੀ ਠੀਕ ਹੈ ਤੇ ਅਗਲੇ ਸਾਲ ਵੋਟਾਂ ਅਸਾਂ ਕੋਲ ਨਾ ਮੰਗੇ ਹੈ ਚਲ ਨਾਜ਼ਮ ਸਾਹਿਬ ਨਾਜ਼ਮ ਸਾਹਿਬ ਨਾਜ਼ਮ ਸਾਹਿਬ ਨਾਜ਼ਮ ਸਾਹਿਬ ਨਾਜ਼ਮ ਸਾਹਿਬ